ਕੌਮ ਦੇ ਦਰਸ਼ਕੋ ਪ੍ਰੋਗਰਾਮ ਭੱਖ ਦੇ ਮਸਲੇ ਵਿੱਚ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਤੇ ਅੱਜ ਗੱਲਬਾਤ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹਨਾਂ ਨੂੰ ਕਿਵੇਂ ਸਤਿਕਾਰ ਕਰਨਾ ਜਾਂ ਕਿਵੇਂ ਜਿਹੜੇ ਕੁਝ ਲੋਕ ਸਤਿਕਾਰ ਨਹੀਂ ਕਰਦੇ ਜਾਂ ਕੁਝ ਵਪਾਰ ਕਰਨ ਲਈ ਜਾਂ ਆਪਣੇ ਡੇਰੇ ਚਲਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿੱਦਾਂ ਸਹਾਰਾ ਲੈ ਕੇ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਇਹੋ ਜਿਹਾ ਮਸਲਾ ਪਿਛਲੇ ਲੰਮੇ ਸਮੇਂ ਤੋਂ ਰਾਜਸਥਾਨ ਤੋਂ ਚੱਲ ਰਿਹਾ ਸੀ ਤੇ ਉਹ ਮਸਲਾ ਜਿਹੜਾ ਹੁਣ ਕਿਸ ਸਟੇਜ ਤੇ ਪਹੁੰਚਿਆ ਆ ਕੀ ਆ ਉਹ ਮਸਲਾ ਤੇ ਉਹਦੇ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀ ਆਦੇਸ਼ ਕੀਤੇ ਗਏ ਆ ਉਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਪੰਥਕ ਆਗੂ ਅਤੇ ਉਹਨਾਂ ਦੇ ਸਾਥੀ ਜਿਹੜੇ ਰਾਜਸਥਾਨ ਤੋਂ ਭਾਈ ਤੇਜਿੰਦਰ ਸਿੰਘ ਜੀ ਟਿੰਮਾ ਜਿਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਆ ਤੇ ਅੱਜ ਕੱਲ੍ਹ ਰਾਜਸਥਾਨ ਦੇ ਵਿੱਚ ਰਹਿ ਕੇ ਪੰਥਕ ਸਭਾਵਾਂ ਕਰ ਰਹੇ ਹਨ ਤੇ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਨਾਲ ਆ ਨਾ ਆਪਾਂ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਤੇਜਿੰਦਰ ਸਿੰਘ ਜੀ ਇਹ ਮਸਲਾ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਦੇਸ਼ ਕੀਤਾ ਇਹਦਾ ਮਾੜਾ ਜਿਹਾ ਸੰਖੇਪ ਰੂਪ ਚ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕੀ ਆ ਮੈਂ ਸਭ ਤੋਂ ਪਹਿਲਾਂ ਜੀ ਜਿਹੜੇ ਮੇਰੇ ਨਾਲ ਸਿੰਘ ਬੈਠੇ ਆ ਮੈਂ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੇ ਦਾਂ ਜ਼ਰੂਰ ਮੇਰੇ ਬਿਲਕੁਲ ਖੱਬੇ ਬੰਨੇ ਸਰਦਾਰ ਜੀਤ ਸਿੰਘ ਜੀ ਲੱਖੀਆਂ ਬੜੇ ਪੁਰਾਣੇ ਜੁਝਾਰੂ ਵੀਰ ਆ ਸਨ 82 ਤੋਂ ਹੀ ਇਹ ਸੰਤਾਂ ਦੇ ਨਾਲ ਲੱਗ ਕੇ ਸਾਡੇ ਇਕੱਠੇ ਸੀ ਪੂਰੇ ਸੰਘਰਸ਼ਾਂ ਦੇ ਨਾਲ ਲੜੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸਾਹਮਣੇ ਜੀ ਵੀਰ ਲਵਪ੍ਰੀਤ ਸਿੰਘ ਬਰਾੜ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਰਾਜਸਥਾਨ ਵੀ ਨਾਲ ਬੈਠੇ ਹੋਣੇ ਉਹਨਾਂ ਦਾ ਦਰਸ਼ਨ ਕਰਾਉਂਗੇ ਤੁਹਾਨੂੰ ਜੀ ਜ਼ਰੂਰ ਹਾਂਜੀ ਗੰਗਾਨਗਰ ਤੋਂ 20-25 ਕਿਲੋਮੀਟਰ ਦੂਰ ਇੱਕ ਪਿੰਡ ਹੈ 11 ਜੀ ਛੋਟੀ ਹਰਨੀਆ ਅੱਛਾ ਜੀ ਉਸ ਪਿੰਡ ਵਿੱਚ ਪਿੰਡ ਦੇ 1.5 ਕਿਲੋਮੀਟਰ ਅੰਦਰ ਖੇਤਾਂ ਵਿੱਚ ਉਜਾੜ ਦੀ ਥਾਂ ਤੇ ਇੱਕ ਪਖੰਡੀ ਨੇ ਜੋ ਮੜੀ ਚਲਾਉਂਦਾ ਜਿੱਥੇ ਉਹ ਮੜੀਆਂ ਤੇ ਬੈਠ ਕੇ ਧਾਗੇ ਚ ਵੀ ਕਰਦਾ ਉਹਨੇ ਕਮਰਾ ਪਾ ਕੇ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਲਿਆ ਮੜੀ ਦੇ ਉੱਪਰ ਇਸ ਗੱਲ ਦਾ ਜਥੇਬੰਦੀਆਂ ਦਾ ਇਤਰਾਜ਼ ਸੀਗਾ ਪਰ ਇੱਕਦਮ ਕੀ ਹੋਇਆ ਕੋਈ ਘਟਨਾ ਵਾਪਰੀ ਤੇ ਉਸ ਸਥਾਨ ਤੇ ਰਾਤ ਨੂੰ ਅੱਗ ਲੱਗ ਗਈ ਮੜੀ ਤੇ ਜੀ ਅੱਛਾ ਜੀ ਸਾਨੂੰ ਪਤਾ ਲੱਗਿਆ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਹੈਗਾ ਅਸੀਂ ਸਵੇਰੇ ਉੱਥੇ ਪਹੁੰਚੇ ਜਾ ਕੇ ਪਤਾ ਕੀਤਾ ਤੇ ਸਾਨੂੰ ਉੱਥੇ ਸਰੂਪ ਨਾ ਮਿਲਿਆ ਅਸੀਂ ਕਿਹਾ ਵੀ ਅੱਗ ਲੱਗੀ ਤੇ ਸਰੂਪ ਕਿੱਥੇ ਉਹ ਕਹਿੰਦਾ ਜੀ ਚੱਕ ਕੇ ਲੈ ਗਿਆ ਅਸੀਂ ਕਿਹਾ ਚੱਕ ਕਿੱਦਾਂ ਲੈ ਗਿਆ ਵੀ ਜੰਗਲ ਚ ਉਜਾੜ ਖੇਤਾਂ ਰੱਖਿਆ ਤੇ ਜ਼ਿੰਮੇਵਾਰੀ ਕਿਹਦੀ ਹੈ ਉਹ ਕਹਿੰਦਾ ਜੀ ਮੇਰੇ ਇੱਥੇ ਕਹਿੰਦਾ ਸੇਵਾਦਾਰ ਸੀਗਾ ਇੱਕ ਅਰਜਨ ਸਿੰਘ ਨਾਂ ਦਾ ਵਿਅਕਤੀ ਹੈ ਪਿੰਡ ਕਦੂ ਵਾਲੇ ਦਾ ਉਹ ਰਾਤ ਪਹਿਰੇ ਤੇ ਮੌਜੂਦ ਸੀਗਾ ਤੇ ਅਸੀਂ ਕਿਹਾ ਚੱਲ ਫਿਰ ਗਿਆ ਪਤਾ ਐਫ ਆਰ ਲਿਖਾਈ ਹੈ ਉਹਨੇ ਐਫ ਆਰ ਲਿਖਾਈ ਜੀ ਅੱਗੇ ਅੱਜ ਉਹਨਾਂ ਨੇ ਲਿਖਾਇਆ ਵੀ ਰਾਤ ਨੂੰ ਮੈਂ ਬਾਹਰ ਸੁੱਤਾ ਪਿਆ ਸੀਗਾ ਇੱਕੋ ਸਿੰਗਲ ਕਮਰਾ ਸੀ ਉੱਥੇ ਜੀ ਬਸ ਕਮਰੇ ਥੱਲੇ ਬੇਸਮੈਂਟ ਦਾ ਮੱਟੀ ਬਣਾ ਰੱਖੀ ਹੈ ਜਿੱਥੇ ਉਹ ਧਾਗੇ ਚੀਤ ਕਰਦਾ ਉੱਪਰ ਗੁਰੂ ਗ੍ਰੰਥ ਸਾਹਿਬ ਸਰੂਪ ਹੈ ਤੇ ਕੋਲ ਬੈਠ ਕੇ ਉਹ ਧਾਗੇ ਤੋਂ ਵੀ ਸਾਰੇ ਦਿੰਦਾ ਜੀ ਅੱਛਾ ਜੀ ਤੇ ਉਹਦੇ ਘਰੇ ਬੜਾ ਵੱਡਾ ਪੀਰਖਾਨਾ ਬਣਿਆ ਹੋਇਆ ਠੀਕ ਆ ਵਿਅਕਤੀ ਕੌਣ ਆ ਇਹਦਾ ਨਾਂ ਕੀ ਆ ਜੀ ਗੁਰਸਾਹਿਬ ਹੈਪੀ ਗੁਰਸਾਹਿਬ ਹੈਪੀ ਅੱਛਾ ਜੀ ਤੇ ਜਦੋਂ ਥਾਣੇ ਰਿਪੋਰਟ ਲਿਖਾਈ ਤੇ ਉਹਨੇ ਵੀ ਉਹਨੇ ਦੱਸਿਆ ਉਹਦੇ ਜਿਹੜਾ ਉਹਦਾ ਜਿਹੜਾ ਚੇਲਾ ਹੈਗਾ ਅਰਜਨ ਸਿੰਘ ਉਹਨੇ ਕਿਹਾ ਵੀ ਰਾਤ ਨੂੰ ਜਦੋਂ ਉੱਥੇ ਮੈਂ ਸੁੱਤਾ ਪਿਆ ਸੀਗਾ ਤੇ ਬੜਾ ਚਾਨਣ ਹੋਇਆ ਲਾਈਟਾਂ ਜਾਂ ਸੇਕ ਜਾ ਲੱਗਿਆ ਮੇਰੀ ਜਾਗ ਖੁੱਲ ਗਈ ਤੇ ਮੈਂ ਦੇਖਿਆ ਵੀ ਉੱਥੇ ਜਿਹੜਾ ਕਮਰਾ ਹੈ ਬੜੀ ਜਿੱਥੇ ਬੜੀ ਉਹ ਅੱਗ ਲੱਗੀ ਹੋਈ ਹੈ ਅੱਛਾ ਜੀ ਤੇ ਮੈਂ ਕੁੰਡਾ ਖੋਲ ਕੇ ਭੱਜ ਕੇ ਅੰਦਰ ਗਿਆ ਅੰਦਰ ਜਾ ਕੇ ਮੈਂ ਬੈੱਡ ਤੇ ਹੱਥ ਮਾਰਿਆ ਜਿੱਥੇ ਪੀੜਾ ਸਾਹਿਬ ਤੇ ਵੀ ਸਰੂਪ ਚੱਕ ਲਾਂ ਪਰ ਅੱਗ ਬਹੁਤ ਤੇਜ਼ ਸੀ ਅੱਗ ਮੈਨੂੰ ਪੈਣ ਲੱਗ ਗਈ ਅੱਛਾ ਜੀ ਤੇ ਮੈਂ ਭੱਜ ਕੇ ਬਾਹਰ ਆ ਗਿਆ ਵੀ ਮੈਂ ਨਾ ਸੜ ਜਾ ਕਿਤੇ ਮੈਨੂੰ ਉੱਥੇ ਸਰੂਪ ਨੀ ਮਿਲਿਆ ਅੱਛਾ ਜੀ ਉਹਦੇ ਸਾਰੀ ਜਥੇਬੰਦੀਆਂ ਸਾਰੀਆਂ ਪਹੁੰਚ ਗਈਆਂ ਪੁਲਿਸ ਨੇ ਜਾਂਚ ਕੀਤੀ ਪੁਲਿਸ ਨੇ ਵੇਖਿਆ ਵੀ ਇਹ ਬੰਦਾ ਇਹ ਡਾਊਟਫੁਲ ਲੱਗ ਰਿਹਾ ਨਾ ਤਾਂ ਇਹਦੇ ਭਰਵੱਟੇ ਸੜੇ ਹੈ ਨਾ ਇਹਦੇ ਹੱਥਾਂ ਦੇ ਕੋਈ ਵਾਲ ਵੂਲ ਸੜੇ ਹੈ ਕੇਸ ਸੜੇ ਹੈ ਇਹ ਕਹਿ ਰਿਹਾ ਕਿ ਮੈਨੂੰ ਪੈ ਗਈ ਪੁਲਿਸ ਨੇ ਸਖ਼ਤੀ ਕੀਤੀ ਮੜ ਜੀ ਤੇ ਉਹ ਮੰਨ ਗਿਆ ਜੀ ਮੈਂ ਤਾਂ ਝੂਠ ਬੋਲਿਆ ਮਨ ਤਾਂ ਹੈਪੀ ਨੇ ਕਿਹਾ ਸੀਗਾ ਵੀ ਯੂਜ਼ਰ ਕੇਸ ਦਰਜ ਕਰਾ ਦੇ ਉੱਥੋਂ ਸਾਨੂੰ ਸ਼ੱਕ ਪਿਆ ਵੀ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਦਬੀ ਹੋ ਗਈ ਹੈ ਅਗਨ ਭੇਟ ਹੋ ਗਏ ਹੈ ਇਹਨਾਂ ਲੋਕਾਂ ਨੇ ਡਰਦੇ ਮਾਰੇ ਇਹ ਜਥੇਬੰਦੀਆਂ ਤੋਂ
ਜਾਂ ਤਾਂ ਸੂਰਜ ਕਿਤੇ ਦਬਾਤਾ ਜਾਂ ਜਲ ਪ੍ਰਵਾਹ ਕਰਤਾ ਜਾਂ ਗਾਇਬ ਕਰਤਾ ਜੀ। ਅੱਛਾ ਜੀ, ਅਸੀਂ ਉਹਦੇ ਸਟੈਂਡ ਲੈ ਅੜ ਗਏ ਸਸਰੂਪ ਚਾਹੀਦਾ ਕਿੱਥੇ ਹੈ। ਇਸੇ ਬੰਦੇ ਨੇ ਆਪਣੇ ਉਹਦੇ ਖੁਦ ਦੇ ਪਿੰਡ ਇਹ 11 ਜੀ ਚ ਇੱਕ ਹੋਰ ਮੰਡੀ ਚਲਾਉਂਦਾ ਜਿਹੜਾ ਉਹ ਮੰਡੀ ਚਲਾਉਂਦਾ ਅਮਰਪਾਲਾਂ ਦਾ ਬੰਦਾ। ਅੱਛਾ ਜੀ, ਉਹਦਾ ਨਾਂ ਲਾਤਾ ਵੀ ਇਹ ਮੇਰਾ ਕੰਪੀਟੀਟਰ ਹੈ ਜੀ, ਇਹ ਵੀ ਮੰਡੀ ਚਲਾਉਂਦਾ ਤੇ ਇਹਨੇ ਮੈਨੂੰ ਫਸਾਉਣ ਵਾਸਤੇ ਇਹ ਤੋਂ ਸਰੂਪ ਗਾਇਬ ਕਰਕੇ ਅੱਗ ਲਾਈ ਹੈ। ਅੱਛਾ ਜੀ, ਪੁਲਿਸ ਨੇ ਉਹਨੂੰ ਚੱਕ ਲਿਆ। ਹਾਂ, ਉਹਨੇ ਆਪਣਾ ਸਾਰਾ ਪ੍ਰੂਫ ਦੇਤਾ ਵੀ ਐਂ ਕਰਕੇ ਮੈਂ ਮੌਜੂਦ ਸੀਗਾ ਤੇ ਉਹ ਬੰਦਾ ਨਿਰਦੋਸ਼ ਸਾਬਤ ਹੋਇਆ। ਅੱਛਾ ਜੀ, ਇਹ ਤੋਂ ਸਮੁੱਚੀਆਂ ਸੰਗਤਾਂ ਬੜੇ ਰੋਹ ਚ ਆ ਗਈਆਂ ਵੀ ਏਡਾ ਵੱਡਾ ਪਖੰਡ ਇੱਕ ਤੂੰ ਖੇਤਾਂ ਲਿਜਾ ਕੇ ਮੱਟੀ ਤੇ ਪ੍ਰਕਾਸ਼ ਕੀਤਾ ਗੁਰੂ ਸਾਹਿਬ ਦਾ, ਹੁਣ ਸਰੂਪ ਗਾਇਬ ਕਰਤਾ। ਠੀਕ ਹੈ, ਸੰਗਤਾਂ ਨੇ ਜਥੇਬੰਦੀ ਅੰਦੋਲਨ ਸ਼ੁਰੂ ਕਰਤਾ ਬੜੇ ਵੱਡੇ ਪੱਧਰ ਤੇ। ਤੇ ਉਧਰੋਂ ਅਕਾਲ ਤਖ਼ਤ ਸਾਹਿਬ ਤੇ ਗੱਲ ਗਈ ਤੇ ਅਕਾਲ ਤਖ਼ਤ ਸਾਹਿਬ ਤੋਂ ਟੀਮ ਵੀ ਆਈ ਬਾਬਾ ਦੀਪ ਸਿੰਘ ਗੁਰਦੁਆਰੇ। ਅੱਛਾ ਜੀ, ਉੱਥੇ ਬੈਠ ਕੇ ਉਹਨੂੰ ਬੁਲਾਇਆ ਗਿਆ ਤੇ ਉਹਨੇ ਉੱਥੇ ਆ ਕੇ ਲਿਖਤੀ ਤੌਰ ਤੇ ਮਾਫ਼ੀ ਮੰਗੀ। ਹਾਂ, ਇਹ ਮਾਫ਼ੀਨਾਮਾ ਮੇਰੇ ਕੋਲ ਹੈ ਜੀ, ਬਿਲਕੁਲ ਹੱਥ ਲਿਖਿਆ ਉਹਦਾ। ਹਾਂ ਠੀਕ ਹੈ, ਥੋੜਾ ਹਾਂਜੀ ਠੀਕ ਹੈ ਇਹਦੇ। ਹਾਂ ਠੀਕ ਹੈ, ਦੱਸ ਰਿਹਾ ਕੀ ਇਹਦੇ ਚ ਕੀ ਹੁਣ ਮਾਫ਼ੀ ਲਿਖਤੀ ਮੰਗੀ ਹੋਈ ਆ। ਇਹਦੇ ਚ ਉਹਨੇ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਵੀ ਮੈਂ ਇਹ ਮੱਟੀ ਤੇ ਉੱਪਰ ਗੁਰੂ ਦਾ ਪ੍ਰਕਾਸ਼ ਕੀਤਾ, ਮੈਨੂੰ ਪਤਾ ਨਹੀਂ ਸੀਗਾ, ਮੈਨੂੰ ਰੋਕਿਆ ਜਥੇਬੰਦੀਆਂ ਨੇ, ਪਰ ਮੈਂ ਸਵਾਗਤ ਕਰਕੇ ਉੱਥੇ ਪ੍ਰਕਾਸ਼ ਕਰਦਾ ਰਿਹਾ ਤੇ ਮੈਂ ਉੱਥੇ ਧਾਗੇ ਦੀ ਵਿੱਚ ਵੀ ਕਰਦਾ ਸੀਗਾ। ਠੀਕ, ਮੇਰੇ ਤੋਂ ਗਲਤੀ ਹੋਈ ਹੈ ਤੇ ਮੈਨੂੰ ਮਾਫ਼ ਕਰੋ, ਮੈਂ ਅੱਗੇ ਤੋਂ ਕੋਈ ਕੰਮ ਨਹੀਂ ਕਰੂੰਗਾ ਜਿੱਥੇ ਸਿੱਖ ਭਾਵਨਾ ਠੇਸ ਪਹੁੰਚੇ ਤੇ ਜੋ ਸਜ਼ਾ ਮੈਂ ਲਾਊਂਗਾ ਅਕਾਲ ਤਖ਼ਤ ਸਾਹਿਬ ਨੂੰ ਮਨਜ਼ੂਰ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਉਹਦੇ ਸਾਰਾ ਅਖਬਾਰਾਂ ਚ ਸਾਰਿਆਂ ਚ ਖ਼ਬਰਾਂ ਆਈਆਂ, ਇਹ ਉਹਦੀ ਖ਼ਬਰਾਂ ਸਾਰੀ ਅਖਬਾਰਾਂ ਦੀਆਂ ਜੀ। ਠੀਕ ਹੈ, ਉਹਨੇ ਮਾਫ਼ੀ ਮੰਗੀ ਲਿਖੀ। ਠੀਕ, ਤੇ ਫਿਰ ਉਹਦੇ ਨਾਲ ਇਹ ਦੇਖੋ ਜੀ ਇਹ ਸਾਰਾ ਅਖਬਾਰਾਂ ਫਿਰ ਕੱਢੀਆਂ ਸਾਰੀਆਂ ਜੀ। ਠੀਕ ਹੈ, ਪਰ ਸਾਨੂੰ ਸੀਗਾ ਵੀ ਸਾਨੂੰ ਸਰੂਪ ਚਾਹੀਦਾ, ਸਰੂਪ ਕਿੱਥੇ ਹੈ। ਹਾਂ, ਮਾਫ਼ੀ ਨਾਲ ਤਾਂ ਛੁਟਕਾਰਾ ਨਹੀਂ ਹੋਣ ਲੱਗਿਆ। ਹਾਂਜੀ, ਫਿਰ ਪੁਲਿਸ ਨੇ ਚੇਲੇ ਚ ਵੱਡੇ ਸਾਰੇ ਚੱਕ ਲਏ ਜੀ। ਅੱਛਾ ਜੀ, ਕਰਕੇ ਚੱਕ ਕੇ ਪੁਲਿਸ ਨੇ ਥਾਂ ਦਾ ਥਾਣੇ ਚ ਉਹਦਾ ਮਾੜਾ ਛਿੱਤਰ ਬੋਲਾ ਫੇਰਿਆ ਉਹਦੇ ਜੀ। ਠੀਕ ਹੈ, ਸਾਨੂੰ ਸੀ ਵੀ ਜੋ ਮਰਜ਼ੀ ਹੋ ਜਾਵੇ ਜਿਸ ਵੀ ਕੰਡੀਸ਼ਨ ਚ ਸਾਨੂੰ ਸਰੂਪ ਚਾਹੀਦਾ। ਠੀਕ ਹੈ, ਬੜਾ ਵੱਡਾ ਇੱਕ ਵਾਵਰੋਲਾ ਖੜਾ ਹੋ ਗਿਆ ਜੀ, ਪੰਜਾਬ ਦੀ ਜਥੇਬੰਦੀਆਂ ਸਾਰੀਆਂ ਐਕਟਿਵ ਹੋ ਗਈਆਂ ਵੀ ਗਲਤ ਹੋਇਆ, ਮਾੜਾ ਸਰੂਪ ਗਾਇਬ ਕਰਤਾ ਪਖੰਡੀ ਨੇ। ਹਾਂ, ਤੇ ਕੁਛ ਜਦੋਂ ਜ਼ਿਆਦਾ ਦਬਾਅ ਬਣਿਆ ਤੇ ਕੁਛ ਦਿਨਾਂ ਬਾਅਦ ਜਿਹਨੇ FIR ਫਰਜ਼ੀ ਦਰਜ ਕਰਾਈ ਸੀਗੀ, ਹਾਂਜੀ, ਉੱਤੋਂ ਵਾਲਾ ਪਿੰਡ ਦੇ ਅਰਜਨ ਸਿੰਘ ਨੇ, ਉਹਦੇ ਪਿੰਡ ਦੇ ਨਾਲ ਹੀ ਇੱਕ ਪਿੰਡ ਹੈ 3NN। ਅੱਛਾ ਜੀ, ਉੱਥੇ ਸਵੇਰੇ 6 ਵਜੇ ਸਰੂਪ ਪਿਆ ਸੀ ਮਹਾਰਾਜ ਦੇ, ਉੱਥੇ ਤਾਬਿਆ ਜਿੱਥੇ ਪ੍ਰਕਾਸ਼ ਕਰਨ ਨਾਲ ਇੱਕ ਸਰੂਪ ਹੋਰ ਰੱਖ ਗਿਆ ਕੋਈ, ਉੱਥੇ ਪਰਚੀ ਲਿਖ ਕੇ ਦੇ ਗਿਆ ਕਿ ਇਸ ਥਾਂ ਤੇ ਜਿਹੜਾ ਇਹ ਜਿਹੜਾ ਸਰੂਪ ਹੈ ਇਹ 11 ਜੀ ਵਾਲਾ ਸਰੂਪ ਹੈ ਤੇ ਇਹਦੇ 36 ਬਾਬੇ ਦਾ ਕੋਈ ਕਸੂਰ ਨਹੀਂ ਹੈਗਾ। ਅੱਛਾ, ਸਾਨੂੰ ਪਤਾ ਲੱਗਿਆ, ਸੂਚਨਾ ਆਈ, ਪੁਲਿਸ ਪਹੁੰਚੀ, ਅਸੀਂ ਉੱਥੇ ਪਹੁੰਚ ਗਏ ਜੀ ਤੇ ਸਰੂਪ ਲਿਆ ਕੇ ਅਸੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਭੇਜਤਾ। ਅੱਛਾ ਜੀ, ਉਸ ਉਪਰੰਤ ਸਰੂਪ ਠੀਕ ਹਾਲ ਸੀਗਾ ਜੀ, ਸਰੂਪ ਦੀ ਕੋਈ ਬੇਦਬੀ ਨਹੀਂ ਹੋਈ ਸੀਗੀ। ਠੀਕ ਹੈ, ਉੱਥੇ ਭੇਜਦਾ ਦਮਦਮਾ ਸਾਹਿਬ ਦੇਸ਼ ਦੇ ਬਤਾਊ ਸਿੰਘ ਸਾਹਿਬ ਦੇ। ਹਾਂ, ਉਪਰੰਤ ਇਹਦਾ ਕੰਮ ਕਾਜ ਬੰਦ ਹੋ ਗਿਆ। ਹਾਂ, ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਦਾ ਸੀ ਤੇ ਤਾਂ ਹੀ ਇਹਦਾ ਕੰਮ ਦੁਕਾਨਦਾਰੀ ਚੱਲਦੀ ਸੀਗੀ। ਠੀਕ ਹੈ, ਕੱਲੀ ਮੱਟੀਆਂ ਤੇ ਦੁਕਾਨਦਾਰੀ ਚੱਲਦੀ ਨਹੀਂ ਸੀ ਇਹਦੀ। ਹਾਂ ਠੀਕ ਹੈ, ਫਿਰ ਇਹਨੇ ਕੁਛ ਸਮੇਂ ਬਾਅਦ ਕੀਤਾ ਕਿ ਇੱਕ ਬਾਬਾ ਗੁਰਦੀਪ ਸਿੰਘ ਹੈ ਨਾਨਕਸਰ 66 ਛੋਟਾ ਗੁਰਦੁਆਰਾ ਬਣਿਆ 42F। ਅੱਛਾ ਜੀ, ਉਹਦੇ ਨਾਲ ਇਹਨੇ ਗੰਢ ਧੁੱਪ ਕੀਤੀ। ਓਕੇ, ਗੰਢ ਧੁੱਪ ਕਰਕੇ ਤੇ ਇਹ ਜਿਹੜਾ ਸਰੂਪ ਲਿਆ ਆ ਉਹਨੇ ਗੁਰਦੀਪ ਸਿੰਘ ਨਾਨਕਸਰ ਨੇ ਇੱਕ ਲੈਟਰ ਪੈਣ ਆਪਣੇ ਤੇ ਦਰਬਾਰ ਦਿੱਤੀ ਐਪਲੀਕੇਸ਼ਨ। ਠੀਕ ਹੈ, ਸਾਨੂੰ ਸਰੂਪ ਚਾਹੀਦਾ। ਅੱਛਾ ਜੀ, ਉਹ ਸਰੂਪ ਲਿਆ ਆ ਉੱਥੋਂ ਦੀ ਜੀ। ਓਕੇ, ਜਦੋਂ ਉੱਥੇ ਭੇਟਾਂ ਦੀ ਪਰਚੀ ਕਟਾਉਂਦੀਆਂ ਨੇ ਫਿਰ ਸ਼ਰਾਰਤ ਕੀਤੀ, ਉਹ ਭੇਟਾਂ ਦੀ ਪਰਚੀ ਤੇ ਨਾਂ ਲਿਖਾਤਾ ਪਿੰਡ 11 ਜੀ ਦਾ, ਜਿੱਥੇ ਦਾ ਇਹ ਆ ਜੀ, ਜਿੱਥੇ ਇਹ ਆ। ਠੀਕ ਹੈ, ਪਰਮਿਸ਼ਨ ਹੋਈ ਇਹ ਨਾਨਕ 42F ਦੇ ਨਾਂ ਤੇ। ਅੱਛਾ ਜੀ, ਤੇ ਜਦੋਂ ਭੇਟਾਂ ਦੀ ਪਰਚੀ ਕਟਾਉਂਦੇ ਆ ਪਰਚੀ ਕਟਾ ਲਈ ਇਹਨੇ 11 ਜੀ ਦੇ ਨਾਂ ਤੇ। ਓਕੇ, ਤੇ ਇੱਥੇ ਲਿਆ ਕੇ ਇਹਨੇ ਪ੍ਰਕਾਸ਼ ਕਰਤਾ। ਜਦੋਂ ਪਤਾ ਲੱਗਾ ਜਥੇਬੰਦੀ ਸ਼ਿਕਾਇਤ ਕੀਤੀ ਤੇ ਅਕਾਲ ਤਖ਼ਤ ਸਾਹਿਬ ਨੇ ਬੜਾ ਸਖ਼ਤ ਨਿਰਦੇਸ਼ ਲਿਆ ਵੀ ਕੋਈ ਗੁਰਦੁਆਰੇ ਕੁਛ ਨੀ ਬਣਵਾਓ ਉੱਥੇ। ਠੀਕ, ਤੇ ਸਰੂਪ ਵਾਪਸ ਪਹੁੰਚਾਇਆ ਜਾਵੇ। ਫਿਰ ਇਹਨੂੰ ਇਹਨੇ ਸ਼ਰਾਰਤ ਕੇ ਗੇਮ ਖੇਡੀ ਇਹਨੇ ਇਹਨੇ ਕੀਤਾ ਕਿ ਵੀ ਉਹਦਾ ਨਾਂ ਰੱਖਤਾ ਗੁਰਦੁਆਰਾ ਨਾਨਕਸਰ।
ਅੱਛਾ ਹੁਣ ਗੁਰ ਮਤਲਬ ਉਹਨੂੰ ਜਿਹੜਾ ਮੱਡੀ ਮੱਡੀ ਮਤਲਬ ਪਹਿਲਾਂ ਉੱਥੇ ਮੱਟੀ ਸੀਗੀ ਤੇ ਉਹਦਾ ਨਾਂ ਹੀ ਗੁਰਦੁਆਰਾ ਰੱਖਤਾ ਨਾਨਕਸਰ ਰੱਖਤਾ ਜੀ ਠੀਕ ਹੈ ਕਿਉਂਕਿ ਗੁਰਦੀਪ ਸਿੰਘ ਦਾ ਭਾਈਵਾਲ ਸੀਗਾ ਹਾਂ ਹਾਂ ਠੀਕ ਹੈ ਤੇ ਥੋੜੇ ਟਾਈਮ ਬਾਅਦ ਕੀ ਹੈ ਜੀ ਉਹਨੇ ਗੁਰਦੀਪ ਸਿੰਘ ਮਰ ਗਿਆ ਅੱਛਾ ਇਹ ਜਿਹੜਾ ਰਾਜਸਥਾਨ ਦੇ ਵਿੱਚ ਹੀ ਹਾਂਜੀ ਰਾਜਸਥਾਨ ਜਿਹੜਾ ਜਿਹਦੇ ਲੈਟਰ ਪਰ ਦੇ ਸਰੂਪ ਲੈ ਕੇ ਆਇਆ ਸੀ ਉਹ ਮਰ ਗਿਆ ਠੀਕ ਹੈ ਹੁਣ ਅਖਰ ਕੱਲਾ ਰਹਿ ਗਿਆ ਹਾਂ ਇਹਨੇ ਕੀ ਕੀਤਾ ਵੀ ਉਹਦਾ ਨਾਂ ਚੇਂਜ ਕਰਕੇ ਕਰਤਾ ਗੁਰਦੁਆਰਾ ਸਤ ਕਰਤਾਰ ਸਤ ਕਰਤਾਰ ਅੱਛਾ ਜੀ ਠੀਕ ਹੈ ਤੇ ਮੱਟੀ ਦੇ ਬਿਲਕੁਲ ਨਾਲ ਇੱਕ ਕਿੱਲਾ ਖੱਟ ਕੇ ਕੁੱਲ ਹਾਂ ਇਹਨੇ ਜਗ੍ਹਾ ਲੈ ਲਈ 2 ਕਿੱਲੇ ਉਹ 2 ਕਿੱਲੇ ਦੀ ਜਗ੍ਹਾ ਦੀ ਡਿਸਟ੍ਰਿਕਟ ਰਾਜੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਠੀਕ ਤੇ ਉੱਥੇ ਗੁਰਦੁਆਰਾ ਬਣਾਉਣ ਲੱਗ ਗਿਆ ਅੱਛਾ ਜੀ ਇਸ ਗੱਲ ਦਾ ਅਕਾਲ ਤਖ਼ਤ ਸਾਹਿਬ ਨੇ ਇਤਰਾਜ਼ ਕੀਤਾ ਹਾਂ ਜਿਹੜੀ ਜਥੇਬੰਦੀਆਂ ਦੀ ਸਾਰੀ ਮੀਟਿੰਗ ਹੁੰਦੀ ਸੀ ਬਾਬਾ ਦੀਪ ਸਿੰਘ ਗੁਰਦੁਆਰੇ ਠੀਕ ਹੈ ਜੀ ਇੱਥੇ ਇਕੱਠੇ ਹੁੰਦੇ ਸੀਗੇ ਸਭ ਤੋਂ ਪਹਿਲਾਂ ਇਹਨੇ ਕੀ ਕੀਤਾ ਵੀ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਖਿਲਾਫ਼ ਇੱਕ ਐਫ ਆਈ ਆਰ ਦਰਜ ਕਰਾ ਦਿੱਤੀ ਵੀ ਬਾਬਾ ਦੀਪ ਸਿੰਘ ਗੁਰਦੁਆਰਾ ਤੋੜਿਆ ਜਾਵੇ ਅੱਛਾ ਇਹਨੇ ਤੁਹਾਡੇ ਜਿੱਥੇ ਤੁਸੀਂ ਸੇਵਾ ਕਰਦੇ ਆ ਮਤਲਬ ਉਸ ਜਿਹੜਾ ਰਾਜਸਥਾਨ ਦਾ ਵੱਡਾ ਗੁਰਦੁਆਰਾ ਬਾਬਾ ਦੀਪ ਸਿੰਘ ਉਹਦੇ ਉਹਦੇ ਖਿਲਾਫ਼ ਮਤਲਬ ਰਬੜ ਲਖਾਤੀ ਜੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਜਿੰਨੀਆਂ ਵੀ ਸਿੱਖ ਵਿਰੋਧੀ ਤਾਕਤਾਂ ਹੈ ਜਿਹੜੀ ਪੰਥ ਵਿਰੋਧੀ ਹੈ ਉਹਨਾਂ ਦੀ ਬੜੀ ਨਿਗ੍ਹਾ ਹੈ ਬਾਬਾ ਦੀਪ ਸਿੰਘ ਗੁਰਦੁਆਰੇ ਤੇ ਠੀਕ ਹੈ ਕਿਉਂਕਿ ਰਾਜਸਥਾਨ ਵਿੱਚ ਜਿੰਨੇ ਵੀ ਸੰਘਰਸ਼ ਹੁੰਦੇ ਆ ਕੌਮੀ ਕੰਮ ਜਿੰਨੇ ਵੀ ਹੁੰਦੇ ਆ ਜਿੰਨੇ ਵੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਇੰਪਲੀਮੈਂਟ ਕਰਾਉਣ ਵਾਸਤੇ ਜੋ ਵੀ ਮਾਰਚ ਇੱਥੋਂ ਸ਼ੁਰੂ ਹੁੰਦੇ ਆ ਠੀਕ ਹੈ ਇਸ ਕਰਕੇ ਇਹ ਸਥਾਨ ਜਿਹੜਾ ਹਮੇਸ਼ਾ ਹੀ ਪੰਥ ਦੋਖੇ ਤੱਕ ਹੀ ਰੜਕਦਾ ਓਕੇ ਜਿਹੜੇ ਸਿੱਖ ਵਿਰੋਧੀ ਹੈ ਉਹ ਕੋਲੇ ਇੱਕ ਮਹੰਤ ਹੈਗਾ ਸਾਡੇ ਗੰਗਾ ਨਗਰ ਦਾ ਉਹਦੀ ਪਿੱਠ ਤੇ ਆ ਗਈ ਅੱਛਾ ਜੀ ਚਲੋ ਐਫ ਆਰ ਦਰਜ ਕਰਾ ਦਿੱਤੀ ਸਾਨੂੰ ਪ੍ਰਵਾਹ ਨਹੀਂ ਇਹਦੇ ਕੋਲ ਸੋਕੇ ਪੇ ਗੁਰਦੁਆਰਾ ਤੋੜਨੇ ਜੀ ਉਹ ਮਹੰਤ ਦਾ ਨਾਮ ਵੀ ਦੱਸਣਾ ਚਾਹੋਗੇ ਜਾਂ ਨਹੀਂ ਇਹ ਮੈਂ ਤਾਂ ਬਾਅਦ ਜ਼ਿਕਰ ਕਰੂੰਗਾ ਜੀ ਉਹਦੇ ਬਾਰੇ ਠੀਕ ਹੈ ਉਪਰੰਤ ਹੋਇਆ ਕੀ ਤੇ ਅਸੀਂ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਕੀਤੀ ਅੱਛਾ ਜੀ ਇਸ ਗੱਲ ਦੀ ਵੀ ਉੱਥੇ ਗੁਰਦੁਆਰਾ ਬਣ ਰਿਹਾ ਤੇ ਅਕਾਲ ਤਖ਼ਤ ਸਾਹਿਬ ਨੇ ਉੱਥੋਂ ਦੀ ਇੱਕ ਕਮੇਟੀ ਭੇਜੀ ਵੀ ਜਾਓ ਉੱਥੋਂ ਸਰੂਪ ਚੱਕ ਕੇ ਲਿਆਓ ਅੱਛਾ ਜੀ ਜਿਹਦੇ ਚ ਉਹ ਤੋਂ ਪਹਿਲਾਂ ਇੱਕ ਸਿੰਘ ਸਾਹਿਬ ਨੇ ਕਹਿੰਦੇ ਹਰਪ੍ਰੀਤ ਸਿੰਘ ਜੀ ਦਮਦਮਾ ਸਾਹਿਬ ਜਥੇਦਾਰ ਸੀਗੇ ਹਾਂਜੀ ਉਹ ਆਪ ਆਏ ਅੱਛਾ ਜੀ ਬਗੈਰ ਦੱਸੇ ਕਿਸੇ ਨੂੰ ਸਿੱਧਾ ਉੱਥੇ ਪਹੁੰਚ ਗਏ ਜਿੱਥੇ ਵੀ ਘਟਣਾ ਆ ਜੀ ਨਾ ਤਾਂ ਦੱਸਿਆ ਉਹਨਾਂ ਜਥੇਬੰਦੀਆਂ ਨੂੰ ਅੱਛਾ ਜੀ ਨਾ ਦੱਸਿਆ ਉਹਨਾਂ ਨੂੰ ਅੱਛਾ ਜੀ ਆਪਣੇ ਸਿੰਘ ਲਈ ਉੱਥੇ ਜਾ ਵਜੇ ਤੇ ਉੱਥੇ ਇਹਨਾਂ ਨੂੰ ਪਤਾ ਸੀਗਾ ਵੀ ਐਤਵਾਰ ਤਾਂ ਘਰੇ ਪੁੱਛਾ ਦਿੰਦਾ ਹਾਂ ਤੇ ਮੰਗਲਵਾਰ ਤੇ ਵੀਰਵਾਰ ਨਾ ਮੰਗਲਵਾਰ ਵੀਰਵਾਰ ਘਰੇ ਦਿੰਦਾ ਤੇ ਐਤਵਾਰ ਉੱਥੇ ਗੁਰਦੁਆਰੇ ਉੱਥੇ ਪੁੱਛਾ ਦਿੰਦਾ ਅੱਛਾ ਜੀ ਉਹ ਪਹੁੰਚੇ ਉੱਥੇ ਡਰਾਮਾ ਚੱਲੀ ਜਾਂਦਾ ਸੀ ਪੁੱਛਾ ਦੇ ਰਿਹਾ ਸੀਗਾ ਲੋਕਾਂ ਥੋਲੇ ਥਾਲੇ ਪਾ ਰਿਹਾ ਸੀਗਾ ਤਵੀਜ਼ ਦੇ ਰਿਹਾ ਸੀਗਾ ਠੀਕ ਹੈ ਇਹਨਾਂ ਨੇ ਸਾਰਾ ਵੇਖਿਆ ਤੇ ਇਹਨਾਂ ਨੇ ਰਿਪੋਰਟ ਬਣਾ ਕੇ ਅਕਾਲ ਤਖ਼ਤ ਤੇ ਭੇਜਤੀ ਜਦੋਂ ਇਹ ਪਹਿਲਾਂ ਇਕੱਲੇ ਦਮਦਮਾ ਸਾਹਿਬ ਦੇ ਜਥੇਦਾਰ ਹੁੰਦੇ ਸੀ ਜੀ 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 ਉਦੋਂ ਓਕੇ ਤੇ ਉਦੋਂ ਫਿਰ ਉਹਨਾਂ ਨੇ ਇਹ ਪੰਜਾ ਸਿੰਘ ਸਹਿਬਾਨਾਂ ਨੇ ਮੀਟਿੰਗ ਕਰਕੇ ਇਸ ਤੇ ਮਹਾਰਾ ਸਰੂਪ ਲਿਆਂਦੇ ਉੱਥੋਂ ਆਰਡਰ ਕਰਤੇ ਠੀਕ ਹੈ ਤੇ ਉੱਥੋਂ ਦੀ ਜਿਹੜੇ ਹੈ ਇੱਕ ਤਾਂ ਮੁਕਤਸਰ ਸਾਹਿਬ ਦੇ ਮੈਨੇਜਰ ਤੇ ਦਮਦਮਾ ਸਾਹਿਬ ਦੇ ਤੇ ਸਾਰੇ ਕਮੇਟੀ ਆਈ ਇੱਥੇ ਸਰੂਪ ਲੈਣ ਵਾਸਤੇ ਠੀਕ ਹੈ ਇਹਨਾਂ ਨੇ ਕੀਤਾ ਕੀ ਵੀ ਐਡੇ ਸ਼ਾਤਰ ਦੇ ਬੇਈਮਾਨ ਲੋਕ ਹੈ ਇਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਤੇ ਹੀ ਕੇਸ ਕਰਤਾ ਅੱਛਾ ਜੀ ਇਹ ਕਦੀ ਹੋਇਆ ਨਹੀਂ ਇਤਿਹਾਸ ਵਿੱਚ ਵੀ ਅਕਾਲ ਤਖ਼ਤ ਦੇ ਜਥੇਦਾਰ ਕੇਸ ਦਰਜ ਹੋਇਆ ਵੀ ਜੀ ਦੁਨਿਆਵੀ ਕੋਰਟ ਦੇ ਵਿੱਚ ਮਤਲਬ ਥਾਣੇ ਦੇ ਵਿੱਚ ਦਰਖਾਸਤ ਉਹਨਾਂ ਦੇ ਖਿਲਾਫ ਲਿਖਾ ਦਿੱਤੀ ਬਗੈਦਾ ਕੋਰਟ ਚ ਜੀ ਕੇਸ ਦਰਜ ਕਰਾਇਆ ਬਗੈਦਾ ਇਹਨਾਂ ਨੇ ਜੀ ਅੱਛਾ ਜੀ ਫਿਰ ਇੱਕ ਧਰਮ ਪ੍ਰਚਾਰ ਕਮੇਟੀ ਦੇ ਕੇਸ ਦਰਜ ਕਰਾਇਆ ਠੀਕ ਫਿਰ ਤੀਜੀ ਗੱਲ ਕੀ ਹੋਈ ਵੀ ਜਿਹੜਾ ਸਰੂਪ ਪਹਿਲਾਂ ਗਿਆ ਸੀਗਾ ਇੱਥੇ ਦਮਦਮ ਸਾਹਿਬ ਸੀ ਪੁਜਾ ਕੇ ਆਏ ਸੀਗੇ ਹਾਂ ਇਹਨੇ ਸਰੂਪ ਲੈਣ ਵਾਸਤੇ ਕੋਰਟ ਤੋਂ ਆਰਡਰ ਕਰਾ ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕੋਰਟ ਚ ਪੇਸ਼ ਕੀਤਾ ਜਾਵੇ ਅੱਛਾ ਇਹ ਅੱਜ ਤੱਕ ਨਹੀਂ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੋਰਟ ਜਾਂ ਥਾਣੇ ਚ ਪੇਸ਼ ਕੀਤਾ ਜਾਵੇ ਠੀਕ ਹੈ ਇਸ ਗੱਲ ਦਾ ਰੋਹ ਪੈਦਾ ਹੋ ਗਿਆ ਤੇ ਬੜਾ ਵੱਡਾ ਵਾਵਰਲਾ ਖੜਾ ਹੋਇਆ ਹਾਂ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਇਹਦੀ ਹਮਾਇਤ ਤੇ ਆ ਗਈਆਂ ਅੱਛਾ ਜੀ ਇਹਦਾ ਜਿਹੜਾ ਭਰਾ ਹੈ ਸਕਾ ਉਹ ਸਾਡੇ ਡੀਸੀ ਦਾ ਜ਼ਿਲ੍ਹਾ ਕਲੈਕਟਰ ਦਾ ਗਨਮੈਨ ਹੈ ਠੀਕ ਤੇ ਇਹਨਾਂ ਨੇ ਇਹ ਜਿਹੜੇ ਤਾਕਤਾਂ ਹੈਗੀਆਂ ਪਾਵਰਫੁਲ ਸੀਗੀਆਂ ਇਹਦੀ ਬੈਕਤੀ ਆ ਗਈਆਂ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਉਪਰੰਤ ਇਹਨੇ ਇਹ ਜਦੋਂ ਅਸੀਂ ਵੀ ਕਹਿੰਦੇ ਵੀ ਰੂਪੇ ਦਮਦਮਾ ਸਾਹਿਬ ਹਿੰਮਤ ਆ ਜਾ ਕੇ ਲਿਆਓ ਹਾਂ ਵਿਸਤਾਰ ਨਹੀਂ ਦਿੰਦੇ ਥੋੜੇ ਦਿਮਤ ਲੈ ਸੀ ਕੋਰਟ ਕਾਂਡੇ ਮੰਦੇ ਨਾ ਸੀ ਉਹ ਜਿਹਾ ਦੇਸ਼ ਮੰਨੀ ਹੈ ਕੋਈ
ਠੀਕ ਹੈ ਇਹ ਲੜਾਈ ਚੱਲਦੀ ਰਹੀ ਜੀ ਹਾਂ ਫਿਰ ਜਦੋਂ ਸਿੰਘ ਸਾਹਿਬ ਨੇ ਯਾਨੀ ਹਰਪ੍ਰੀਤ ਸਿੰਘ ਨੇ ਹੁਣ ਇਹ ਇਸ 2 ਮਹੀਨੇ ਪਹਿਲਾਂ ਉਹਨਾਂ ਨੇ ਆਦੇਸ਼ ਜਾਰੀ ਕਰਤੇ ਕਿ ਪੰਜ ਉੱਥੇ ਜਾ ਕੇ ਪੰਜ ਪਿਆਰੇ ਜਾ ਕੇ ਤੋਂ ਸਰੂਪ ਲੈ ਕੇ ਆਣਗੇ ਤੇ 11 ਜੀ ਤੋਂ ਹਾਂਜੀ ਉਹ ਬਕਾਇਦਾ ਉਹਨਾਂ ਨੇ ਮੇਰੇ ਖਿਆਲ ਚਿੱਠੀ ਅਸੀਂ ਪਿੱਛੇ ਦਿਖਾ ਵੀ ਰਹੇ ਹਾਂ ਸੰਗਤਾਂ ਨੂੰ ਜਿਹੜੀ ਤੁਸੀਂ ਸਾਨੂੰ ਭੇਜੀ ਆ ਮੇਰੇ ਖਿਆਲ ਅਗਸਤ ਮਹੀਨੇ ਦੀ ਆ ਉਹਨਾਂ ਨੇ ਸ਼ਾਇਦ ਇਹ ਜਿਹੜੀ ਜਾਰੀ ਕੀਤੀ ਹੋਈ ਉਹਨਾਂ ਨੇ ਇਹਨੂੰ ਕਹਿ ਵੀ ਬੜਾ ਦਿੱਤਾ ਬੜੇ ਲੈਟਰ ਬੜੇ ਪਾਏ ਪਰ ਇਹ ਹਰ ਲੈਟਰ ਤੋਂ ਇਨਕਾਰੀ ਹੋ ਗਿਆ ਠੀਕ ਜਿਹਨੇ ਜਾਣ ਤੋਂ ਇਨਕਾਰ ਕਰਤਾ ਮੈਂ ਉੱਥੇ ਨਹੀਂ ਜਾਂਦਾ ਓਕੇ ਹੁਣ ਪਿੱਛੇ ਜੇ ਸਾਡੇ ਕਿੱਥੇ ਮਹੰਤ ਹੈਗਾ ਇਹ ਉਹਦਾ ਨਾਂ ਹੈ ਜੀ ਸਵਾਮੀ ਬ੍ਰਹਮਦੇਵ ਸਵਾਮੀ ਬ੍ਰਹਮਦੇਵ ਅੱਛਾ ਜੀ ਉਹਦੀ ਜਿਹੜੀ ਹੈ ਇਹਦੀ ਪਨਾਹ ਚ ਇਹ ਟੋਲਾ ਰਹਿ ਰਿਹਾ ਸਾਰਾ ਜੀ ਮਗਰ ਪਿੱਛੇ ਸਾਜ਼ਿਸ਼ਾਂ ਬਹੁਤ ਵੱਡੀਆਂ ਆ ਤਾਕਤਾਂ ਬਹੁਤ ਵੱਡੀਆਂ ਆ ਜੀ ਸਵਾਮੀ ਬ੍ਰਹਮਦੇਵ 11 ਤਰੀਕ ਨੂੰ ਦਮਦਮਾ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਗਿਆ ਜੀ ਠੀਕ ਆ ਨਾਲ ਜਿਹੜੇ ਇਹਦੇ ਹੈਪੀ ਆ ਦੇ ਦੋ ਚੇਲੇ ਗਏ ਅੱਛਾ ਜੀ ਉਹ ਚੇਲੇ ਤਾਂ ਬਾਹਰ ਰਹੇ ਤੇ ਬ੍ਰਹਮਦੇਵ ਅੰਦਰ ਚਲਾ ਗਿਆ ਇਹ ਸਿੰਘ ਸਾਹਿਬ ਕੋਲੇ ਤੇ ਉੱਥੇ ਜਾ ਕੇ ਨੇ ਕਿਹਾ ਜੀ ਨਹੀਂ ਬੜੀ ਸੇਵਾ ਕਰਦੇ ਸੇਵਾ ਹੋ ਰਹੀ ਜੇ ਹੋ ਰਹੀ ਉਹ ਹੋ ਰਹੀ ਹੈ ਹਾਂ ਉਹਨਾਂ ਨੇ ਕਿਹਾ ਵੀ ਪਿੰਡ ਚ ਗੁਰਦੁਆਰਾ ਹੈਗਾ ਹਾਂਜੀ ਪਰ ਖੇਤਾਂ ਤੇ ਵਜਾਉਂਦਾ ਅੱਡ ਲੋੜ ਕੀ ਪੈ ਗਈ ਹਾਂ ਫਿਰ ਦੂਜੀ ਤਾਂ ਸਾਰੀ ਜਾਂਚ ਹੋਈ ਹੈ ਜਾਂ ਸਾਬਤ ਹੋ ਗਿਆ ਵੀ ਮੱਟੀ ਬਣਾ ਕੇ ਬੈਠਾ ਹੈ ਠੀਕ ਇਹ ਸਾਰਾ ਉਹ ਕਰੀ ਜਾਂਦਾ ਜੀ ਹਾਂ ਤੇ ਇਸ ਕਰਕੇ ਵੀ ਹੁਕਮਨਾਮਾ ਤਾਂ ਪਹਿਲੇ ਸਿੰਘ ਸਾਹਿਬ ਆਉਂਦਾ ਗਿਆਨੀ ਗੁਰਬਚਨ ਸਿੰਘ ਜੀ ਦਾ ਅੱਛਾ ਜੀ ਇਹ ਨਹੀਂ ਬਦਲ ਸਕਦਾ ਤੁਹਾਨੂੰ ਸਰੂਪ ਦੇਣਾ ਹੀ ਪੈਣਾ ਜੋ ਮਰਜ਼ੀ ਹੋ ਜੇ ਠੀਕ ਆ ਇਹ ਬਾਹਰ ਗਿਆ ਉਹਦੇ ਬ੍ਰਹਮਦੇਵ ਉਹਦੇ ਚੇਲਿਆਂ ਕੋਲੇ ਗੱਲ ਕਰਕੇ ਫਿਰ ਅੰਦਰ ਆਇਆ ਫਿਰ ਕਹਿੰਦਾ ਜੀ ਇੱਕ ਦੱਸੋ ਵੀ ਚਲੋ ਅਸੀਂ ਸਰੂਪ ਦੇ ਦਿੰਦੇ ਹਾਂ ਤੇ ਵਾਪਸ ਕਿਵੇਂ ਮਿਲੇਗਾ ਅੱਛਾ ਸਿੰਘ ਸਾਹਿਬ ਕਹਿੰਦੇ ਵੀ ਵਾਪਸ ਕੀ ਮਤਲਬ ਕੀ ਹੋਇਆ ਹਾਂ ਕਹਿੰਦੇ ਜੀ ਗੁਰਦੁਆਰਾ ਬਣਾ ਰਹੇ ਉੱਥੇ ਅੱਛਾ ਜੀ ਕਹਿੰਦੇ ਵੀ ਗੁਰਦੁਆਰਾ ਬਗੈਰ ਅਕਾਲ ਤਖਤ ਦੀ ਪਰਮਿਸ਼ਨ ਦੇ ਨਹੀਂ ਬਣ ਸਕਦਾ ਹਾਂ ਜੇ ਗੁਰਦੁਆਰਾ ਬਣਾ ਰਹੇ ਹੈ ਤੇ ਉਹਦਾ ਪ੍ਰੋਸੀਜਰ ਹੈਗਾ ਠੀਕ ਆ ਇਹ ਪਹਿਲਾਂ ਅਕਾਲ ਤਖਤ ਸਾਹਿਬ ਤੇ ਇੱਕ ਐਪਲੀਕੇਸ਼ਨ ਦੇਣਗੇ ਵੀ ਅਸੀਂ ਗੁਰਦੁਆਰਾ ਬਣਾ ਰਹੇ ਹਾਂ ਉੱਥੇ ਹਾਂ ਤੇ ਅਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀ ਜਾਏਗੀ ਕਮੇਟੀ ਜਾ ਕੇ ਜਾਂਚ ਕਰੇਗੀ ਵੀ ਇਹਦੇ ਪਿੱਛੇ ਰੀਜਨ ਕੀ ਹੈ ਬਣਾਉਣ ਦਾ ਠੀਕ ਆ ਕੀ ਸਾਰੀਆਂ ਜਿਹੜੀਆਂ ਜਿਹਦੀ ਉਹਦਾ ਹੈਗੀ ਆ ਨਿਯਮ ਹੈਗੇ ਆ ਪ੍ਰਕਿਰਿਆ ਹੈਗੀ ਉਹਦਾ ਪਾਲਣ ਕੀਤਾ ਜਾ ਰਿਹਾ ਹੈ ਹਾਂ ਉਹ ਰਿਪੋਰਟ ਅਕਾਲ ਤਖਤ ਸਾਹਿਬ ਆਉਣ ਤੋਂ ਬਾਅਦ ਜਿਹੜਾ ਇਹਦਾ ਬਾਰੇ ਫੈਸਲਾ ਹੋਊਗਾ ਠੀਕ ਆ ਇਹ ਫਿਰ ਬਾਹਰ ਗਿਆ ਜੀ ਫਿਰ ਆ ਗਿਆ ਵਾਪਸ ਬ੍ਰਹਮਦੇਵ ਤੇ ਇਹਨੇ ਕਿਹਾ ਜੀ ਠੀਕ ਹੈ ਜੀ ਤੁਹਾਡੀ ਗੱਲ ਸਹਿਮਤ ਆ ਅਸੀਂ ਕੱਲ੍ਹ ਨੂੰ ਸਰੂਪ ਦੇ ਦਾਂਗੇ ਜੀ ਅੱਛਾ ਜੀ ਕਹਿੰਦੇ ਓਕੇ ਜੀ ਹਾਂ ਇਹ ਆ ਕੇ ਬ੍ਰਹਮਦੇਵ ਨੇ ਦੁਬਾਰਾ ਫਿਰ ਮੁੱਕਰ ਗਏ ਜੀ ਸਰੂਪ ਨਹੀਂ ਭੇਜਿਆ ਉੱਥੇ ਇਹਨਾਂ ਨੇ ਠੀਕ ਆ ਉਸ ਤੋਂ ਪਹਿਲਾਂ ਇੱਕ ਲਾਲ ਬਾਬਾ ਹੈ ਬਾਬਾ ਲਾਲ ਦਾਸ ਜੀ ਬਠਿੰਡੇ ਦੇ ਅੱਛਾ ਜੀ ਉਹਨਾਂ ਨੇ 5 ਦਾ ਟਾਈਮ ਲਿਆ ਸੀਗਾ ਓਕੇ ਉਸ ਤੇ ਵੀ ਪੂਰੇ ਨਹੀਂ ਉਤਰੇ ਹਾਂਜੀ ਤੇ ਹੈਪੀ ਹੋਣੀ ਠੀਕ ਆ ਹੁਣ ਫਿਰ ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਇਹ ਆਪਣੇ ਹਾਂਜੀ 7 ਮੈਂਬਰੀ ਠੀਕ ਆ ਤੇ ਉਹ ਬਜਿੰਦਰ ਸਿੰਘ ਗਹਿਲ ਉਹਦਾ ਕੋਆਰਡੀਨੇਟਰ ਬਣਾਤਾ ਜੀ ਤਾਲਮੇਲ ਕਮੇਟੀ ਦਾ ਠੀਕ ਆ ਤੇ ਮੀਟਿੰਗ ਰੱਖੀ ਦਮਦਮਾ ਸਾਹਿਬ ਉੱਥੇ ਸਿੰਘ ਸਾਹਿਬ ਨੇ ਫੈਸਲਾ ਕਰਤਾ ਵੀ ਅਕਾਲ ਤਖਤ ਸਾਹਿਬ ਤੋਂ 5 ਪਿਆਰੇ ਜਾਣਗੇ ਠੀਕ ਆ ਪਾਲਕੀ ਸਾਹਿਬ ਜੀ ਉਹਦੀ ਅਗਵਾਈ ਵਿੱਚ ਸਾਰੀ ਸੰਗਤ ਇਕੱਠੀਆਂ ਹੋ ਕੇ ਬਾਬਾ ਦੀਪ ਸਿੰਘ ਗੁਰਦੁਆਰਾ ਤੋਂ ਉਹ ਸਰੂਪ ਲੈ ਕੇ ਆਉਣਗੀਆਂ ਠੀਕ ਹੈ ਕਦੋਂ ਜਾਣਗੇ ਇਹ 5 ਪਿਆਰੇ ਜੇ 6 ਨਵੰਬਰ ਨੂੰ ਜੀ 6 ਨਵੰਬਰ ਨੂੰ ਠੀਕ ਆ ਠੀਕ ਹੈ ਨਹੀਂ ਉਹਦੇ ਵਾਸਤੇ ਅਸੀਂ ਵੀ ਜਿਹੜੀ ਕਮੇਟੀ ਬਣੀ ਸੀਗੀ ਅਸੀਂ ਪੰਜਾਬ ਸੰਪਰਕ ਕੀਤਾ ਤੇ ਇਹ ਦੇਖੋ ਸਿੰਘ ਸਾਹਿਬ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਸਾਡੇ ਬੜੇ ਸੇ ਮਾਣ ਦੀ ਗੱਲ ਹੈ ਤੇ ਮੈਂ ਸਮਝਦਾ ਵੀ ਕੌਮ ਦਾ ਜਿਹੜਾ ਭਵਿੱਖ ਬੜਾ ਉਜਲਾ ਆਪਣੀ ਕੌਮ ਦਾ ਅੱਛਾ ਜੀ ਸਮੁੱਚੀਆਂ ਜਥੇਬੰਦੀਆਂ ਨੇ ਸਮੁੱਚੇ ਆਗੂਆਂ ਨੇ ਹਾਂ ਆਪਸੀ ਮਤਭੇਦ ਭੁਲਾ ਕੇ ਇੱਕ ਗੱਲ ਮੁੱਖ ਰੱਖੀ ਕਿ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਹੈ ਠੀਕ ਹੈ ਸਾਡਾ ਤੇ ਨਿੱਜੀ ਮਤਭੇਦ ਜੋ ਮਰਜ਼ੀ ਹੋਣ ਸਾਡੇ ਕੋਲ ਸਿਧਾਂਤਕ ਮਤਭੇਦ ਜੋ ਮਰਜ਼ੀ ਹੋਣ ਸਾਡੇ ਕੋਲ ਜੋ ਮਰਜ਼ੀ ਹੋਣ ਹਾਂ ਪਰ ਅਸੀਂ ਉਸ ਥਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਵਾਂਗੇ ਕਿਉਂਕਿ ਹੁਕਮਨਾਮਾ ਅਕਾਲ ਤਖਤ ਸਾਹਿਬ ਦਾ ਹੈ ਇਹ ਆਪਣੇ ਟਿੰਮਾ ਜੀ ਇੱਕ ਮਿੰਟ ਮਾੜਾ ਜਿਹਾ ਕਲੀਅਰ ਕਰਿਓ ਜਿੱਦਾਂ ਤੁਸੀਂ ਕਹਿੰਦੇ ਵੀ ਪਹਿਲਾਂ ਮਹਾਰਾਜ ਦਾ ਸਰੂਪ ਜਿਹੜਾ ਦਮਦਮਾ ਸਾਹਿਬ ਤੁਸੀਂ ਪਹੁੰਚਾਤਾ ਸੀਗਾ ਜੀ ਤੇ ਦੁਬਾਰਾ ਜਿੱਦਾਂ ਉਹ ਜਿਹੜਾ ਤੁਸੀਂ ਕਹਿੰਦੇ ਵੀ ਗੁਰਬਿੰਦਰ ਉਹਨਾਂ ਦੇ ਨਾਂ ਤੇ ਜਿੱਦਾਂ ਇਹਨਾਂ ਨੇ ਫੇਰ ਮਹਾਰਾਜ ਦਾ ਸਰੂਪ ਅੰਮ੍ਰਿਤਸਰ ਤੋਂ ਜਾ ਕੇ ਲੈ ਆਂਦਾ ਉਹ ਪ੍ਰਕਾਸ਼ ਉੱਥੇ ਹੁਣ ਵੀ ਮਤਲਬ ਪ੍ਰਕਾਸ਼ ਹੁੰਦਾ ਹੈ ਜਾਂ ਕੀ ਆ ਉੱਥੇ ਕਮਰਾ ਛੋਟਾ ਬਣਾ ਰੱਖਿਆ ਸਾਈਡ ਤੇ ਜੀ ਉੱਥੇ ਪ੍ਰਕਾਸ਼ ਕਰ ਰੱਖਿਆ ਉਹਨਾਂ ਨੇ ਅੱਛਾ ਜੀ ਤੇ ਉੱਥੇ ਅਕਾਲ ਤਖਤ ਸਾਹਿਬ ਬਣਾ ਵੀ ਕੋਈ ਵੀ ਗ੍ਰੰਥੀ ਕੋਈ ਰਾਗੀ ਪਾਠੀ ਪ੍ਰਚਾਰਕ ਉੱਥੇ ਨਹੀਂ ਜਾਏਗਾ
ਕੰਮ ਜਿਹੜਾ ਉਹਨਾਂ ਦਾ ਉਹੀ ਪੁੱਛਾਂ ਦੇਣੀਆਂ ਜਾਂ ਲੋਕਾਂ ਨੂੰ ਮਤਲਬ ਗਲਤ ਭਰਮਾਂ ਵਹਿਮਾਂ ਦੇ ਵਿੱਚ ਪਾਉਣਾ ਤੇ ਹੁਣ ਭੁਲੇਖਾ ਪਾਉਣ ਲਈ ਇੱਕ ਜਿੱਦਾਂ ਮਤਲਬ ਗੁਰਦੁਆਰਾ ਬਣਾਇਆ ਜਾ ਰਿਹਾ ਵੀ ਲੋਕ ਜਿੱਦਾਂ ਸ਼ੱਕ ਨਾ ਕਰਨ। ਬਿਲਕੁਲ ਬਿਲਕੁਲ ਹੁਣ ਕੀ ਹੈ ਜੀ, ਅਸੀਂ ਨਾ ਇਹ ਇਸ ਆਦੇਸ਼ ਤੋਂ ਬਾਅਦ ਅਸੀਂ ਮੀਟਿੰਗਾਂ ਕੀਤੀਆਂ ਤੇ ਦੇਖੋ ਕਮਾਲ ਦੀ ਗੱਲ ਹੈ ਤੇ ਬੜੀ ਰਹਿਮਤ ਸਤਿਗੁਰਾਂ ਦੀ ਕਿ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਰਬੱਤ ਖਾਲਸਾ ਵੱਲੋਂ ਥਾਪੇ ਐਕਟਿੰਗ ਜਥੇਦਾਰ ਧਿਆਨ ਸਿੰਘ ਜੀ ਮੰਡ ਜਥੇ ਅਕਾਲ ਤਖ਼ਤ ਸਾਹਿਬ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ ਸਾਹਿਬ ਠੀਕ ਨਿਹੰਗ ਸਿੰਘ ਦਸ਼ਮੇਸ਼ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਜੀ ਠੀਕ ਭਾਈ ਅਮਰੀਕ ਸਿੰਘ ਜੀ ਅਜਨਾਲਾ ਸਿੰਘ ਸਾਹਿਬ ਠੀਕ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਪ੍ਰਧਾਨ ਹਰਿਆਣਾ ਇਹ ਸਤਿਕਾਰ ਸਭਾ ਦੇ ਠੀਕ ਤੇ ਹੋਰ ਸਾਰੇ ਜਥੇਬੰਦੀਆਂ ਨੇ ਪ੍ਰਵਾਨਗੀ ਦਿੱਤੀ। ਉਹਨਾਂ ਨੇ ਬਕਾਇਦਾ ਵੀਡੀਓ ਜਾਰੀ ਕੀਤੀਆਂ ਗੱਲ ਗੁਰੂ ਸਾਹਿਬ ਦੇ ਸਤਿਕਾਰ ਦੀ। ਅਸੀਂ ਸਾਰੀ ਜਥੇਬੰਦੀਆਂ ਤਿਆਰ ਬਰ ਤਿਆਰ ਹੋ ਕੇ ਉੱਥੇ 6 ਤਰੀਕ ਨੂੰ ਆਵਾਂਗੀਆਂ ਭਾਵੇਂ ਵਿਚਾਰਧਾਰਾ ਵੱਖਰੀ ਵੱਖਰੀ ਹੋਵੇ ਸਾਰਿਆਂ ਨੇ ਤੁਸੀਂ ਦੱਸਿਆ ਵੀ ਹਾਮੀ ਭਰੀ ਆ ਨਾਲ ਆਉਣ ਦੀ ਤੇ ਇੱਕ ਬਹੁਤ ਵੱਡੇ ਮਤਲਬ ਇਕੱਠ ਦੇ ਰੂਪ ਦੇ ਵਿੱਚ ਤੁਸੀਂ ਉੱਥੇ ਜਾਓਗੇ। ਬਿਲਕੁਲ ਜੀ ਹਾਂ। ਦੂਜੇ ਬੰਨੇ ਕੀ ਹੈ ਜੀ, ਜਿਹੜੇ ਸਿੱਖ ਵੱਲੋਂ ਦੀ ਤਾਕਤ ਹੈ ਜਿਹੜਾ ਸਾਡਾ ਪ੍ਰਸ਼ਾਸਨ ਹੈ ਇਹ ਕਿਸੇ ਨਾ ਕਿਸੇ ਘੁੰਮ ਘੁਮਾ ਕੇ ਅਖੀਰ ਦੋਖਿਆਂ ਦੀ ਪਿੱਠ ਤੇ ਖੜਾ ਜੀ। ਅੱਛਾ ਜੀ। ਉਹਨਾਂ ਨੇ ਹਥਿਆਰ ਵੀ ਦੇ ਰੱਖੇ ਇਸ ਕਰਕੇ ਸਿੰਘ ਸਾਹਿਬ ਨੇ ਭਾਈ ਜਸਵੀਰ ਸਿੰਘ ਜੀ ਰੋਡੇ ਸਾਹਿਬ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਸਾਹਿਬ ਨੇ ਇੱਕ ਅਪੀਲ ਕੀਤੀ ਹੈ ਸਿੱਖ ਸੰਗਤਾਂ ਨੂੰ ਵੀ ਸਾਰੀ ਸਿੱਖ ਸੰਗਤਾਂ ਆਪਣੇ ਰਵਾਇਤੀ ਸ਼ਸਤਰ ਲੈ ਕੇ ਨਾਲ ਜਾਣਗੀਆਂ। ਠੀਕ ਆ। ਤਾਂ ਕਿ ਜੇ ਕੋਈ ਵੀ ਪਖੰਡੀ ਦੰਭੀ ਗੁਰੂ ਘਰ ਦਾ ਦੋਖੀ ਹੁੱਲੜਬਾਜ਼ੀ ਕਰੇ ਠੀਕ ਆ ਤੇ ਉਹਨੂੰ ਮੁਕੂਲ ਜਵਾਬ ਦਿੱਤਾ ਜਾ ਸਕੇ। ਇਹ ਹੋ ਸਕਦਾ ਵੀ ਜਿੱਦਾਂ ਜਦੋਂ ਇਹ ਚੀਜ਼ਾਂ ਹੁਣ ਜਾਰੀ ਹੋ ਗਈਆਂ ਤੇ ਉਹ ਡਰ ਦੇ ਮਾਰੇ ਪਹਿਲੇ ਮਹਾਰਾਜ ਦਾ ਸਰੂਪ ਕਿਤੇ ਨਾ ਕਿਤੇ ਪਹੁੰਚਾ ਦੇਣ। ਹੋ ਸਕਦਾ, ਵੱਡੀ ਗੱਲ ਜੀ, ਕਿਉਂਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਵੀ ਬੜਾ ਸਪਸ਼ਟ ਸੰਦੇਸ਼ ਆਇਆ। ਉਹਨਾਂ ਨੇ ਕਿਹਾ ਕਿ ਜੇ ਕੋਈ ਉੱਥੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਇਆ ਤੇ ਰਾਜਸਥਾਨ ਦੀ ਜਿਹੜੀ ਕਾਂਗਰਸ ਸਰਕਾਰ ਹੈ ਉਹ ਜ਼ਿੰਮੇਵਾਰ ਹੋਏਗੀ। ਠੀਕ ਆ। ਤੇ ਉਸ ਤੋਂ ਬਾਅਦ ਦੇਖੋ ਇੱਕ ਨਵੀਂ ਗੱਲ ਦੇਖੋ ਵੀ ਪਰਸੋਂ ਸਾਡੇ ਇੱਕ ਚੈਨਲ ਹੈ ਇਹ ਗੰਗਾਨਗਰ ਦਾ ਟੀਵੀ ਚੈਨਲ, ਉਹਨਾਂ ਨੂੰ ਜਾ ਕੇ ਉੱਥੇ ਉਹਦਾ ਇੰਟਰਵਿਊ ਲੈਣ ਗਏ। ਅੱਛਾ ਜੀ। ਤੇ ਉਹ ਉੱਥੇ ਮਿਲਿਆ ਨੀ, ਫੋਨ ਕੀਤਾ, ਉਹ ਕਹਿੰਦੇ ਮੈਂ ਕੰਮ ਆ ਕਿਤੇ ਮੈਂ ਨੀ ਆ ਸਕਦਾ। ਅੱਛਾ ਜੀ। ਉਹਨਾਂ ਨੇ ਲਾਈਵ ਸ਼ੁਰੂ ਕਰਤਾ ਉਹਦੇ ਉੱਥੋਂ ਜਿੱਥੇ ਮੜੀ ਬਣਾ ਰੱਖੀ, ਉਹਨੇ ਸਾਰਾ ਦਿਖਾਇਆ ਵੀ ਇਹ ਮੜੀ ਬਣੀ ਹੈ, ਇਹਦੇ ਥੱਲੇ ਗੁਰਦੁਆਰੇ ਥੱਲੇ ਬਣੀ ਮੱਡੀ ਬਣੀ ਹੋਈ ਹੈ। ਠੀਕ ਆ। ਇੱਥੇ ਗੁਰਦੁਆਰੇ ਸਵਾਰੀ ਚੱਲ ਰਹੀ ਹੈ, ਉਹਨੇ ਸਾਰਾ ਦਿਖਾਇਆ ਜੀ। ਠੀਕ ਆ। ਉਹਦੇ ਚੇਲੇ ਨੂੰ ਪੁੱਛਿਆ ਭਾਈ ਇਹ ਮੱਡੀ ਹੈ ਕਿਹਦੀ ਹੈ? ਹਾਂ। ਉਹ ਕਹਿੰਦੇ ਸਾਨੂੰ ਤਾਂ ਨੀ ਪਤਾ ਜੀ, ਬਸ ਮੜੀ ਹੈ, ਸਾਨੂੰ ਨੀ ਪਤਾ ਹੈ ਕਿਹਦੀ ਹੈ। ਅੱਛਾ, ਯਾਨੀ ਪਤਾ ਨਹੀਂ ਕਿਹਦੀ ਆ, ਹੈਗੀ ਹੈ? ਹੈਗੀ ਆ ਜੀ, ਉਹ ਲਾਈਵ ਰਿਕਾਰਡਿੰਗ ਆਉਂਦੀ ਜੀ। ਅੱਛਾ। ਉਸ ਤੋਂ ਉਪਰੰਤ ਇਹਨਾਂ ਨੇ ਵੇਖਿਆ ਵੀ ਲਾਈਵ ਚੱਲ ਰਿਹਾ ਸਾਡੇ ਇੱਥੋਂ ਮੱਡੀ ਤੋਂ, ਇਹ ਗੱਡੀ ਲੈ ਕੇ ਭੱਜੇ ਵਾਪਸ ਤੇ ਉਹਨਾਂ ਦੇ ਗਲ ਗੁਲ ਪੈ ਗਏ ਉਹਨਾਂ ਦੇ। ਅੱਛਾ ਜੀ। ਉਹਨਾਂ ਨੇ ਕਹਿੰਦੇ ਤੁਹਾਨੂੰ ਸਾਡੇ ਵਿਰੋਧੀਆਂ ਨੇ ਭੇਜਿਆ ਜੀ, ਤੁਹਾਨੂੰ ਹਿੰਮਤ ਕਿਵੇਂ ਮੱਡੀ ਥੱਲੇ ਜਾਣ ਦੀ, ਮੱਡੀ ਦੀ ਲਾਈਵ ਰਿਕਾਰਡਿੰਗ ਕਰਨ ਦੀ? ਬੜਾ ਬੋਲੇ ਵਾਲੇ ਜੀ। ਠੀਕ ਆ। ਉਹਨਾਂ ਨੇ ਕਿਹਾ ਵੀ ਅਸੀਂ ਸੱਚ ਮੁਖਾਉਣ ਆਏ ਆ। ਹਾਂ। ਵੀ ਅਸੀਂ ਕੋਈ ਇਹ ਤਾਂ ਨੀ, ਉਹਨਾਂ ਕਹਿੰਦੇ ਆ ਅਸੀਂ ਕੋਈ ਨਵੀਂ ਅਸੀਂ ਇਹਦੇ ਚ ਕੋਈ ਜੋੜ ਤੋੜ ਕਰਦੇ, ਲਾਈਵ ਕਿਉਂ ਦਿਖਾਉਂਦੇ? ਅਸੀਂ ਬਾਅਦ ਕੋਈ ਵਿੱਚ ਐਡਿਟ ਕਰਕੇ ਫਿਰ ਅਸੀਂ ਦਿਖਾਉਂਦੇ। ਠੀਕ। ਜੋ ਬੋਲਦੇ ਉਹ ਦਿਖਾ ਰਹੇ ਆ, ਉਹਨੂੰ ਉਹਦਾ ਬਾਈਟ ਲਈ ਉਹਦੀ। ਠੀਕ। ਤੇ ਉਹਨੇ ਉਸ ਬਾਈਟ ਚ ਮੰਨਿਆ ਬਿਲਕੁਲ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਅਸੀਂ ਨੋਟਿਸ ਜਾਰੀ ਕਰਾਇਆ, ਇਹਨੂੰ ਪੇਸ਼ ਕੀਤਾ ਜਾਵੇ ਕੋਰਟ ਚ, ਅਸੀਂ ਕਾਲ ਤੱਕ ਕੇਸ ਕੀਤਾ। ਹਾਂ। ਤੇ ਉਹਨੂੰ ਪੁੱਛਿਆ ਤੂੰ ਮੱਡੀ ਚਲਾ ਰਿਹਾ ਇੱਥੇ? ਕਹਿੰਦਾ ਜੀ ਉਹ ਮੱਡੀ ਸਾਡੇ ਜਿਹੜੇ ਹੈ ਸਾਡੇ ਪੁਰਖੇ ਹੈ, ਉਹਨਾਂ ਦੀ ਅਸੀਂ ਬਾਕੀ ਦੌਲਤਾਂ ਲੈ ਕੇ ਆਏ ਸੀਗੇ ਤੇ ਸਾਡੇ ਪਰਿਵਾਰ ਚ ਸੇਵਾ ਹੁੰਦੀ, ਮੇਰਾ ਕੋਈ ਵੀ ਸੇਵਾ ਕਰਦਾ ਮੱਡੀ ਦੀ, ਤੇ ਸਾਡੀ ਪੁਸ਼ਤਾ ਸੇਵਾ, ਸਾਡੀ ਕਮਾਨ ਫੈਮਿਲੀ ਹੈ, ਸਾਡੀ ਕਮਾਨ ਬਰਾਦਰੀ ਹੈ, ਇਹ ਸਾਰੀ ਸੇਵਾਦੀ ਹੈ ਇਹਨਾਂ ਨੂੰ। ਉਹਨੇ ਪੁੱਛਿਆ ਵੀ ਹੈ ਕਿਹਦੀ ਹੈ, ਨਾ ਤਾਂ ਦੱਸ ਕਿਹਦੀ ਹੈਗੀ ਹੈ। ਇਹ ਜਿਹੜਾ ਤੁਸੀਂ ਇਹਦਾ ਨਾਂ ਦੱਸਿਆ ਗੁਰਬਿੰਦਰ ਸਿੰਘ ਹੈਪੀ, ਕੀ ਹੈ ਨਾਂ ਇਹਦਾ ਪੂਰਾ? ਗੁਰਸਾਹਿਬ ਹੈਪੀ। ਹਾਂਜੀ। ਇਹਦਾ ਪਿਛੋਕੜ ਕੀ ਆ, ਕਿੱਥੋਂ ਆਇਆ ਇਹ? ਇਹ ਉਹ ਦੱਸਦਾ ਜੀ ਕੋਈ ਪਾਕਿਸਤਾਨ ਕੋਈ ਬੇਰ ਵਾਲਾ ਪਿੰਡ। ਅੱਛਾ ਜੀ। ਪਾਕਿਸਤਾਨ ਚ ਬੇਰ ਵਾਲਾ ਪਿੰਡ ਆ ਜੀ, ਉੱਥੋਂ ਵਸ ਕੇ ਆ ਕੇ ਉਹਦੇ ਕੱਲ ਜਿਹੜੀ ਰਿਕਾਰਡਿੰਗ ਆਈ ਹੈ ਸਿੰਘ ਸਾਹਿਬ ਜੀ, ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਬੇਰ ਵਾਲੇ ਤੋਂ ਆਏ ਸੀ, ਸਾਡੇ ਦਾਦੇ ਪੜਦਾਦੇ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਪਹਿਲਾਂ ਪ੍ਰਕਾਸ਼ ਜੀ ਸਾਹਿਬ ਮਸਜਿਦ ਦੇ ਵਿੱਚ, ਜਿਹੜਾ 11 ਜੀ ਦੇ ਵਿੱਚ ਇੱਕ ਮਸੀਤ ਵੀ ਹੈ ਜੀ। ਅੱਛਾ ਜੀ। ਉਹ ਤੋਂ ਬਾਅਦ ਇਹਦੇ ਦਾਦਾ ਜੀ ਦਾ ਉੱਥੇ ਪ੍ਰਕਾਸ਼ ਕਰ ਲਿਆ,
ਠੀਕ ਆ ਇਹਨਾਂ ਨੇ ਜਿਹੜੀ ਉਹਨੂੰ ਇਹਨੂੰ ਪੁੱਛਿਆ ਗਿਆ ਵੀ ਉਹ ਹੈ ਕੌਣ ਇੱਕ ਵਾਰੀ ਮੈਂ ਵੀ ਇਹਨੂੰ ਸਵਾਲ ਕੀਤਾ ਸੀ ਮੈਂ ਕਿਹਾ ਵੀ ਦੱਸੋ ਹੈਪੀ ਵੀ ਇਹ ਹੈ ਕਿਹਦੀ दादे ने प्रकाश किया मस्जिद जिहड़े पिंड की जरूरत पैगी सिंह साहब खेतां च जाके प्यो नूं मटियां ते गुरद्वारा बनाउण दी की जरूरत पैगी नंबर एक जवाब ही जो मच्छी फड़ना हो पसंद का खाना लाया जाता पसंद का मास इन्हें की किया गुरु ग्रंथ साहिब रख के गुरु ग्रंथ साहिब का ओट आसरा लैके लोगों भरमा के खंड पाठ की भेटा रखती है भी तेरे घरे थोड़े बजुर्गों ने पुराना खंड पाठ सुख्या वो कोई कराऊगा भी इक्की अरबी ओदी भेटा आजूगी जे किसी ने घर का इलाज कराना तो चार गुल मेखा ला के जो ये पखंड करते हैं वो करके कोसे की कमाई वह होजूगी एक पखंडी ने दुबदा ना पढ़ो हर बिन होर ना पूजो मड़े मसाना जाई हो सकता जी मैं पंक्ति गल पढ़ के आवा जा कोई रह गया हो पर पखंडी ने उसते पहरा ना देंदे हुए भी जी 14 तो लैके मेरा ख्याल 18/4/2014 की गल है जी 18/8 वाहगुरु 19/8/14 की गल है जी उदो तो लैके अज तई उठे इन्हें प्रकाश किया भरमा के सारे ने जेड़ा साढ़े पंथ का गुरु ग्रंथ साहब का दुखी वह अज भी उत्थे मारा है प्रकाश करी बैठा उ लोगों फिर ठगी जाता जी हाँ ट्रस्ट बनाया जिहड़ा हैगा प्यो प्रधान है चाचा मेंबर है जी और कमेटी फर्जी बनाई हुई है रहनुमाई हेठा प्रोग्राम हो रहे हैं सो इन्होंने पखंड किए भी असि अलग तो कमेटी जी गुरु ग्रंथ साहिब के नाम पासे ते दो किले लैके भी असि इतने जी गुरुद्वारा बना रहे हैं की मर्यादा का इस तरह का लोग हर बंदा खेत च गुरुद्वारा बनाऊगा ओदा धंधा चला लूगा जी राजस्थान मंडिया के उपर खंड पाठ कराने चीजा हुई उदो बाद सत्कार कमेटियां बनिया जिन्हां करके कई बार आपसी लड़ाई झगड़ा भी होया किते ना किते मतलब जिहड़े कसूरवार साडे जिहड़े मुख प्रबंधक आ उन्हां दा भी कसूर आ कि असी मौके वेले रेंदे समय च अपना स्टैंड या अपनी पूरी शिद्दत दे नाल उत्ते पहरा नहीं दे सके जी ठीक है सही गल है जे इस चीज च शिद्दत नाल पहरा दिता जांदा ना जी ते जदों उत्थों गुरु ग्रंथ साहिब दे सरूप दिते जा रहे सी ते इन्हां दा फर्ज बनदा सी कि इक इन्वेस्टिगेशन लई टीम भेजी जावे जिम्मेवार बंदे बैठे फर्ज सी 328 सरूपां दी गल चल रही आहित जिहड़ियां सिफारिशां कीतियां इदां दे जिदा मतलब जिहड़े हुण इक डेरे ने सिफारिश करती उहनां नूं महाराज दा सरूप मिल गया ते महाराज दा सरूप गया कित्थे आ लाते लखियां लाते जी
ग्रंथ दी ते पंथ दी गल हुंदी है जी, जे पंज प्यारे कल नूं आउणे आ 6 तरीक नूं आउणा है जी। हां ठीक है, हां जी पंज प्यारे सिंह साहिबां आउणगे जी, पालकी साहिब सदके आऊगी। जे प्रशासन जां साडे नाल कोई इहो जिहा धक्का करदा तां हैप्पी जिम्मेवार आ प्रशासन ते कांग्रेस सरकार जिम्मेवार होगी जी। ਇਹ ਤਾਂ ਦੇਖੋ ਜੀ, ਉਹਨਾਂ ਨੂੰ ਜੇ ਤਾਂ ਇਹਨਾਂ ਨੇ ਮਾਹੌਲ ਨੂੰ ਖਰਾਬ ਕਰਨਾ ਹੋਇਆ ਤੇ ਜਰੂਰ ਕਰਨਗੇ ਜਦੋਂ ਪਿੱਛੇ ਆਪਣਾ ਇਤਿਹਾਸ ਵੀ ਪੜ੍ਹਦੇ ਆ। ਪਰ ਜੇ ਚੰਗੇ ਬੰਦੇ ਦੇ ਪੁੱਤ ਹੋਣਗੇ ਤਾਂ ਇਹ ਚੁੱਪ ਚਾਪ ਜਿਹੜਾ ਮਹਾਰਾਜ ਦਾ ਸਰੂਪ ਹੈ ਸਿੱਖਾਂ ਦੇ ਹਵਾਲੇ ਕਰ ਦੇਣ। ਹਾਂਜੀ ਇਹ ਕਿਹਨੇ ਸਾਹਿਬ ਜੀ, ਇੱਕ ਤਾਂ ਫੈਸਲਾ ਸਮੁੱਚੀ ਕੌਮ ਨੇ ਕਰ ਲਿਆ ਜੀ ਸਰ, ਜਥੇਬੰਦੀਆਂ ਨੇ, ਠੀਕ ਆ, ਤੇ ਅਸੀਂ ਆਪਣੀਆਂ ਜਾਨਾਂ ਹੁਲ ਕੇ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੂੰ ਲਾਗੂ ਕਰਾਵਾਂਗੇ ਜੀ। ਠੀਕ ਆ, ਪੰਜ ਪਿਆਰਿਆਂ ਦੇ ਅਗਵਾਈ ਵਿੱਚ ਪੂਰੇ ਤਿਆਰ ਪ੍ਰਕਾਰ ਪੰਜ ਪਿਆਰੇ ਜਾਣਗੇ। ਅਸੀਂ ਪ੍ਰਸ਼ਾਸਨ ਨੂੰ ਕਹਿਤਾ ਕਿ ਜੇ ਪੰਜਾਂ ਪਿਆਰਿਆਂ ਤੇ ਇੱਕ ਵੀ ਵਾਰ ਹੋਇਆ ਤੇ ਵਰਡ ਦੇ ਇਤਿਹਾਸ ਹੈ ਪਹਿਲੀ ਘਟਨਾ ਹੋਊਗੀ, ਤੇ ਜਿੰਬਰ ਸਰਕਾਰ ਹੋਵੇ ਅਸੀਂ ਸਰਕਾਰ ਤੇ ਰਾਸ਼ਤਾ ਨੇਰੀਆਂ ਲਿਆ ਦਾਂਗੇ। ਜੇ ਕਿਸੇ ਪਖੰਡੀ ਮਗਰ ਲੱਗ ਕੇ ਜੇ ਪ੍ਰਸ਼ਾਸਨ ਨੂੰ ਨਿੱਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਤੁਸੀਂ ਬ੍ਰਹਮ ਦੇਵ ਦੀ ਜਾਂ ਜਿਹਦੀ ਗੱਲ ਕੀਤੀ ਸੀ ਉਹਦੇ ਨਾਲ ਕੋਈ ਗੱਲਬਾਤ ਜਾਂ ਆਉਣ ਮੁੜ ਕੇ ਤੁਹਾਨੂੰ ਪਹੁੰਚ ਜਾਂ ਇੱਥੇ ਗੁਰਦੁਆਰਾ ਸਾਹਿਬ ਨੂੰ ਜਾਂ ਜਿਹੜੇ ਬੰਦੇ ਉਹਨੂੰ ਪਤਾ ਵੀ ਆਹ ਗੱਲ 6 ਤਰੀਕ ਨੂੰ ਹੋ ਸਕਦੀ ਆ, ਇਹ ਮੁੜ ਕੇ ਵੀ ਕਿਸੇ ਨੂੰ ਆਉਣ ਪਹੁੰਚ ਕੀਤੀ ਜਾਂ ਨਹੀਂ? ਨਹੀਂ ਸਾਡੀ, ਅਸੀਂ ਤਾਂ ਦੇਖੋ ਜੀ ਪਤਾ ਕੀ ਜੀ, ਐਕਚੁਅਲੀ ਕੀ ਆ, ਉਹ ਬੰਦਾ ਸਾਰੀ ਫੰਡਿੰਗ ਇਹਦੀ ਕਰ ਰਿਹਾ ਜੀ। ਠੀਕ ਆ, ਜਿੰਨੀ ਫੰਡਿੰਗ ਹੈ ਸਾਰੀ ਬ੍ਰਹਮ ਦੇਵ ਕਰ ਰਿਹਾ, ਉਹ ਇਹ ਉੱਥੇ ਰਹਿੰਦੇ ਆ ਸਾਰੀ ਦਿਹਾੜੀ ਜੀ। ਅੱਛਾ ਜੀ, ਠੀਕ ਹੈ ਨਾ ਜੀ। ਅਸੀਂ ਪ੍ਰਸ਼ਾਸਨ ਨੂੰ ਬੜਾ ਕਹਿਤਾ ਜੀ, ਅਸੀਂ FIR ਤੱਕ ਦਰਜ ਕਰਾਈ ਹੈ, ਠੀਕ, ਇਹ ਬੰਦੂਕਾਂ ਲੈ ਕੇ ਘੁੰਮਦੇ ਆ ਜੀ, ਪਰ ਸਰਕਾਰ ਨੇ ਕੋਈ ਕਾਰਵਾਈ, ਤੁਹਾਡੇ ਚੈਨਲ ਨੇ ਕਹਿ ਰਹੇ ਆ ਵੀ ਜੇ ਕੋਈ ਵੀ ਨੁਕਸਾਨ ਹੋਇਆ ਕਿਸੇ ਦਾ ਵੀ ਤੇ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ, ਉਹ ਪਖੰਡੀ ਦੀ ਰਾਸ਼ਤਾ ਸਰਕਾਰ ਦੀ ਹੋਊਗੀ। ਪਰ ਅਸੀਂ ਕਮਿਟਡ ਆ ਵੀ ਜੋ ਮਰਜ਼ੀ ਹੋ ਜਾਏ, ਅਸੀਂ ਕਾਲ ਤਖਤ ਹੁਕਮ ਮੁਤਾਬਕ ਉਹ ਤੋਂ ਸਰੂਪ ਲੈ ਕੇ ਆਵਾਂਗੇ। ਜੇ ਕੋਈ ਇੱਥੇ ਸ਼ਹੀਦੀ ਹੁੰਦੀ ਹੈ ਉਹ ਸ਼ਹੀਦੀ ਵੀ ਕੌਮਸ ਦੀ ਹੋਊਗੀ, ਤੇ ਅਕਾਲ ਤਖਤ ਸਾਹਿਬ ਦੇ ਖਾਤਰ ਹੀ, ਕੌਮ ਦੀ ਖਾਤਰ ਹੀ, ਗੁਰੂ ਸਾਹਿਬ ਸਰਕਾਰ ਦੀ ਖਾਤਰ ਹੀ ਇਹ ਸਾਰੀ ਜਥੇਬੰਦੀਆਂ ਸਾਰੀ ਕੌਮ ਉੱਥੇ ਪਹੁੰਚੂਗੀ, ਤੇ ਰੱਬ ਮਿਹਰ ਕਰੂਗਾ, ਇਹ ਮੋਰਚਾ ਸਾਡਾ ਫਤਿਹ ਹੋਊਗਾ ਜੀ। ਜਿੱਦਾਂ ਹੁਣ ਆਪਣੇ ਵਿਦੇਸ਼ਾਂ ਦੇ ਵਿੱਚ ਵੀ ਜਾਂ ਜਿਹੜੇ ਤੁਹਾਡੇ ਰਾਜਸਥਾਨ ਦੇ ਲੋਕ ਵੀ ਇੱਧਰ ਵਿਦੇਸ਼ਾਂ 'ਚ ਵੀ ਜਾਂ ਜਿਹੜੇ ਸਾਡੀ ਆਵਾਜ਼ ਕੌਮ ਰਾਹੀਂ ਸੁਣ ਰਹੇ ਆ, ਉਹਨਾਂ ਨੂੰ ਜਿੱਦਾਂ ਤੁਸੀਂ ਮਤਲਬ ਆਪਣੇ ਵੱਲੋਂ ਜਿਹੜਾ ਹੁਣ ਆਦੇਸ਼ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 6 ਤਰੀਕ ਵਾਸਤੇ ਸਾਰੀਆਂ ਸੰਗਤਾਂ ਲਈ, ਇੱਕ ਵਿਅਕਤੀ ਜਾਂ ਇੱਕ ਸੰਸਥਾ ਲਈ ਨਹੀਂ ਗਿਆ, ਸਾਰਿਆਂ ਲਈ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਤੇ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਆ ਬਾਹਰ ਵਿਦੇਸ਼ਾਂ 'ਚ ਵੀ ਰਹਿੰਦੇ ਆ, ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਕੁਛ ਵੀ ਉਹ ਕਿਵੇਂ ਇਹ ਨਾਲ ਸਹਿਯੋਗ ਦੇ ਸਕਦੇ ਆ? ਅਸਤਾ ਜੀ ਸਭ ਨੂੰ ਅਪੀਲ ਕਰਦੇ ਆ, ਇਹ ਹੁਣ ਸਮਾਂ ਜਿਵੇਂ ਕਹਿੰਦਾ ਪੰਜਾਬੀ ਹੁਣ ਨਿਤਰੂ ਹੋਣੇ ਵੇ ਖਾਣੀ, ਹਾਂ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜੀ। ਠੀਕ ਆ, ਅਸੀਂ ਸਟੇਜਾਂ ਤੇ ਮਾਈਕ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਕਰਦੇ ਆ, ਮਰਿਆਦਾ ਦੀ ਗੱਲ ਕਰਦੇ ਆ, ਪਰੰਪਰਾ ਦੀ ਗੱਲ ਕਰਦੇ ਆ, ਹਾਂਜੀ ਹਾਂਜੀ, ਪਰ ਜਦੋਂ ਉਹਨੂੰ ਹਕੀਕੀ ਰੂਪ ਚ ਲਾਗੂ ਕਰਾਉਣ ਦੀ ਗੱਲ ਆਉਂਦੀ ਆ, ਠੀਕ ਆ, ਤਾਂ ਤਾਂ ਲੱਗੂਗਾ ਵੀ ਕਿਹੜੇ ਕਿਹੜੇ ਅਖੋਤੀ ਜਿਹੜੇ ਆਗੂ ਹੈਗੇ, ਕਿਹੜੇ ਪ੍ਰਬੰਧਕ ਹੈਗੇ ਆ, ਕਿਹੜੇ ਗੁਰੂ ਕੇ ਖਾਲਸੇ ਹੈਗੇ ਆ ਜਿਹੜੇ ਮੈਦਾਨ ਨਿਤਰਨਗੇ। ਇੱਕ ਹੁਣ ਇੱਕ ਲੀਗ ਵਧੀਆ ਜੇ ਬਾਬਾ ਦੀਪ ਸਿੰਘ ਵਾਲੀ ਗੱਲ ਜੀ ਲਾਈ ਜੀ, ਬਾਬਾ ਦੀਪ ਸਿੰਘ ਨੇ ਅਕਾਲ ਤਖਤ ਸਾਹਿਬ ਨੇ, ਠੀਕ ਹੈ, ਜਿਹੜੇ ਗੁਰੂ ਦੀ ਖਾਤਰ ਕੁਰਬਾਨੀ ਕਰਨਾ ਚਾਹੁੰਦੇ ਆ ਉਹ 6 ਨੂੰ ਜਾਣਗੇ, ਠੀਕ ਹੈ, ਜਿਹੜੇ ਪਖੰਡੀਆਂ ਦੀ ਪਿੱਠ ਪੂਰਾ ਚਾਹੁੰਦੇ ਆ, ਗਿੱਦੀ ਆ, ਬੁਜਦਲ ਆ, ਕਮਜ਼ੋਰ ਆ, ਕਾਇਰ ਆ, ਉਹ ਘਰਾਂ 'ਚ ਬਹਿ ਕੇ ਤਮਾਸ਼ਾ ਵੇਖਣਗੇ ਜੀ। ਤੇਜਿੰਦਰ ਸਿੰਘ ਜੀ ਇੱਕ ਸਵਾਲ ਮੇਰਾ, ਜਿਹੜਾ ਮਰਜ਼ੀ ਤੁਸੀਂ ਤਿੰਨਾਂ 'ਚੋਂ ਜਵਾਬ ਦੇ ਦਿਓ, ਕਿ ਬਹੁਤ ਵਾਰੀ ਕੀ ਹੁੰਦਾ ਆ ਕਿ ਸਿੱਖ ਸੰਸਥਾਵਾਂ ਦਾ ਨਾਂ ਵੀ ਹੁੰਦਾ ਆ ਤੇ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਨੂੰ ਲੈ ਕੇ ਉਹਨੂੰ ਇੱਕ ਫੁੱਟਬਾਲ ਬਣਾਇਆ ਜਾਂਦਾ, ਉੱਤੇ ਸਿਆਸਤ ਕੀਤੀ ਜਾਂਦੀ ਆ ਜਿਹੜੀ ਅੱਜ ਹੋ ਰਹੀ ਆ ਜੀ। ਹਾਂ ਮਤਲਬ ਰਾਜਸਥਾਨ ਦੇ ਸਿੱਖਾਂ ਦਾ ਬੜਾ ਗੌਰਵ ਵਿਰਸਾ ਰਿਹਾ ਜੀ, ਠੀਕ, ਰਾਜਸਥਾਨ 'ਚ ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਹੋਈਆਂ, ਹਾਂ ਅਸੀਂ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਗੱਡੀ ਚੜਾਇਆ ਤੇ ਅੰਦਰ ਪਹੁੰਚਾਇਆ ਜੀ। ਠੀਕ, ਜੇ ਪਹਿਲਾਂ ਆਪ ਜੀ ਯਾਦ ਹੋਊਗਾ ਵੀ ਸੂਰਜਪੁਰ ਨੇ ਗੁਰੂ ਸਾਹਿਬ ਬੇਅਦਬੀ ਕੀਤੀ ਸੀਗੀ, ਹਾਂਜੀ ਹਾਂਜੀ, ਉਦੋਂ ਬਾਬਾ ਅੰਮ੍ਰਿਤਪਾਲ ਸਿੰਘ ਗੋਲੂਵਾਲਾ, ਨਿਰਮਲ ਸਿੰਘ ਖਰਲੀਆਂ, ਬਾਬਾ ਨਗਿੰਦਰ ਸਿੰਘ ਜੀ ਤੇ ਗੁਰਸੇਵਕ ਸਿੰਘ ਧੂਰਕੋਟ ਨੇ ਉਹਨੂੰ ਡੇਰੇ ਜਾ ਕੇ ਉਹਨੂੰ ਗੱਡੀ ਚੜਾਇਆ ਸੀਗਾ ਜੀ। ਠੀਕ ਆ, ਉਸ ਤੋਂ ਬਾਅਦ 3 MOD ਇੱਕ ਡੇਰਾ ਪ੍ਰੇਮੀ ਨੇ ਗੁਰੂ ਗ੍ਰੰਥ ਸਾਹਿਬ ਦਾ ਗਾਇਬ ਕਰਕੇ ਸਰੂਪ ਆਪਣੇ ਘਰ ਦੇ ਜ਼ਮੀਨ 'ਚ ਨੱਪਤਾ ਸੀਗਾ ਜੀ। ਅੱਛਾ ਜੀ, 17 ਦਿਨ ਬਾਅਦ ਅਸੀਂ ਪਹੁੰਚੇ, ਉਹਨੂੰ ਅਸੀਂ ਘਰੋਂ ਜਾ ਕੇ ਫੜਿਆ, ਘਰੋਂ ਸੂ ਬਰਾਮਦ ਕੀਤਾ ਤੇ ਚੰਗਾ ਚਿੱਤਰ ਵਾਲਾ ਕੀਤਾ, ਉਹ ਤਾਂ ਕੁਦਰਤੀ ਗੱਲ ਆ ਵੀ ਪੁਲਿਸ ਮੌਕੇ ਤੇ ਉਹਨੂੰ ਪਿਆ ਕੇ ਲੈ ਗਈ ਗੱਡੀ, ਉਹ ਪਿੰਡ ਸੀਗਾ ਜਿੱਥੇ ਰੇਤਾ ਬਹੁਤ ਹੈ ਤੇ ਸਾਡੇ ਕੋਲ ਨੋਵਾ ਪਹੁੰਚਿਆ ਨਹੀਂ ਤੇ ਜਿਪਸੀਆਂ ਗੱਡੀਆਂ ਜੀਪਾਂ ਨਿਕਲ ਗਿਆ ਸੀਗੀਆਂ, ਉਹ ਫੜਿਆ ਗਿਆ।
ਤੀਜੀ ਘਟਨਾ ਹੋਈ ਸਾਡੇ ਇੱਥੇ ਇਹ ਹਿੰਦੂਮਨਕੋਟ ਬਾਰਡਰ ਤੇ ਉਹ ਵੀ ਦੋਸ਼ੀ ਫੜਿਆ। ਚੌਥੀ ਘਟਨਾ ਹੀ ਅਨੂਪਗੜ੍ਹ ਉਹ ਵੀ ਦੋਸ਼ੀ ਫੜਿਆ ਜੀ ਆ ਕੇ। ਠੀਕ ਆ, ਜਾਗਰੂਕ ਹੈ, ਲਾਮਬੰਦ ਹੈ, ਸਿੱਖ ਵਿਰੋਧੀ ਤਾਕਤਾਂ, ਪੰਥ ਵਿਰੋਧੀ ਸੋਚ ਵਾਲੇ ਜਿੰਨੇ ਮਰਜ਼ੀ ਘਟੀਆ ਨੀਚ ਕਮੀਨ ਗਲੀਚ ਲੋਕ ਜੋ ਮਰਜ਼ੀ ਤਾਕਤ ਲਾ ਲੈਣ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਖਾਤਰ ਹਰ ਕੁਰਬਾਨੀ ਕਰਾਂਗੇ ਤੇ ਦੋਖਿਆਂ ਨੂੰ ਪਖੰਡੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਵਾਂਗੇ ਜੀ। ਇੱਕ ਪਿਛਲੇ ਦਿਨੀ ਅਸੀਂ ਪ੍ਰੋਗਰਾਮ ਆਵਾਜ਼ੇ ਕੌਮ ਤੇ ਕੀਤਾ ਹੈ, ਉਹ ਵੀ ਸ਼ਾਇਦ ਰਾਜਸਥਾਨ ਦੀ ਘਟਨਾ ਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਸਤਿਕਾਰ ਦਾ ਨਾਂ ਲੈ ਕੇ ਗੁਰੂ ਘਰਾਂ ਦੇ ਵਿੱਚ ਕੋਈ ਜਿਹੜੇ ਸੇਵਾਦਾਰ ਜਾਂਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਜਿੱਦਾਂ ਅੰਗ ਜਿਹੜੇ ਆ ਪਾੜ ਕੇ ਲੈ ਜਾਂਦੇ ਨਾਲ ਉਹ ਕੱਟ ਕੇ ਲੈ ਜਾਂਦੇ ਆ ਤੇ ਬਾਅਦ ਚ ਜਦੋਂ ਰੌਲਾ ਉਹ ਸਾਰਾ ਕੇ ਸਾਡੇ ਧਿਆਨ ਗੁਜ਼ਰ ਰਿਹਾ ਜੀ। ਹਾਂ ਉਹ ਵੀ ਮਸਲਾ ਜਿਹੜਾ ਹਾਂ ਮੈਂ ਬੇਨਤੀ ਕਰਦਾ ਉਹਦੇ ਬਾਰੇ ਕੀ ਚੱਕਰ ਹੈ ਜੀ। ਇਹ ਇੱਕ ਗ੍ਰੰਥੀ ਸਭਾ ਬਣੀ ਹੈ ਬਾਬਾ ਬੁੱਢਾ ਜੀ ਗ੍ਰੰਥੀ ਸਭਾ। ਅੱਛਾ ਜੀ। ਲੋਕਡਾਊਨ ਵਿੱਚ ਹੋਇਆ ਤੇ ਉਹਨਾਂ ਨੇ ਸਾਰਿਆਂ ਨੇ ਗ੍ਰੰਥੀ ਸਿੰਘਾਂ ਨੇ ਪਿੰਡ ਪਿੰਡ ਜਾ ਕੇ ਗੁਰੂ ਸਾਹਿਬ ਦੇ ਸਰੂਪਾਂ ਦੀ ਸੇਵਾ ਸ਼ੁਰੂ ਕਰਤੀ। ਅੱਛਾ ਜੀ। ਜੇ ਕਿਤੇ ਜਿੱਦ ਫਟੀ ਹੈ ਉਹਨਾਂ ਨੇ ਜਿੱਦ ਚੜਾਤੀ। ਜੇ ਕਿਤੇ ਅੰਗ ਫਟੇ ਹੈ ਅੰਗ ਦੇ ਉੱਤੇ ਚੇਪੀ ਲਾਤੀ। ਠੀਕ। ਤੇ ਉੱਪਰ ਜੇ ਰੁਮਾਲਾ ਫਟਿਆ ਤੇ ਰੁਮਾਲਾ ਨਵਾਂ ਚੜਾਤਾ ਜੀ। ਅੱਛਾ ਜੀ। ਇਹਦਾ ਸੇਵਾ ਚੱਲਦੀ ਸੀ। ਦੇਖੋ ਅਤੀ ਉਤਸਾਹ ਵਿੱਚ ਕਈ ਲਾਪਰਵਾਹੀ ਹੁੰਦੀਆਂ ਜੀ। ਹਾਂ ਉਹਨਾਂ ਕੋਲ ਲਾਪਰਵਾਹੀ ਆ ਉਹਨਾਂ ਨੇ ਜਦੋਂ ਤੇ ਉਹਦੀ ਫੋਟੋ ਖਿੱਚੀਆਂ ਤੇ ਬਗੈਰ ਉਹਦੇ ਨਾ ਇਹ ਪਲਕਾਂ ਦੇ ਗੁਰੂ ਸਾਹਿਬ ਸਿਰ ਤੇ ਰੱਖ ਕੇ ਸੇਵਾ ਕਰ ਰਹੇ ਸੀ, ਫੋਟੋ ਖਿਚਾਈਆਂ ਉਹਨਾਂ ਪਾਈਆਂ ਸੋਸ਼ਲ ਮੀਡੀਆ ਤੇ। ਹਾਂਜੀ। ਉਹਦਾ ਜਿਸ ਦਿਨ ਇਤਰਾਜ ਕੀਤਾ ਉਹਨਾਂ ਮਾਫ਼ੀ ਮੰਗੀ ਉਹਨਾਂ ਨੇ ਜੀ। ਫਿਰ ਇੱਕ ਘਟਨਾ ਆਈ ਵੀ ਸਾਮਨਸਰ ਇੱਕ ਗੁਰਦੁਆਰਾ ਹੈ ਉੱਥੇ ਸੇਵਾ ਕਰਨ ਗਏ ਸੀਗੇ ਉਹਦੇ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਮਗਲੇ ਤਿੰਨ ਇਹ ਅੰਗ ਹੁੰਦੇ ਨਾ ਵਾਈਟ ਅੰਗ ਜਿੱਥੇ ਨਹੀਂ ਪ੍ਰਿੰਟ ਹੁੰਦਾ ਬਿਲਕੁਲ। ਅੱਛਾ ਜੀ। ਉਹ ਫਟੇ ਸੀ ਤੇ ਉਹ ਰੋਲ ਕਰਕੇ ਉਹਨੂੰ ਗੋਲ ਜਿਹਾ ਬਣਾ ਕੇ ਤੇ ਉੱਥੇ ਰੱਖੇ ਹੋਏ ਸੀਗੇ। ਸਾਡੇ ਆਪਣੇ ਬੰਦੇ ਵੀ ਆ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਦੇਖੋ ਇੱਥੇ ਸਾਡੇ ਇੰਗਲੈਂਡ ਦੇ ਵਿੱਚ ਵੀ ਸਤਿਕਾਰ ਕਮੇਟੀ ਆ ਉਹ ਇੱਥੇ ਮਹਾਰਾਜ ਦੇ ਜਿਹੜੇ ਬੈਠਦੇ ਸਰੂਪ ਆ ਉਹਨਾਂ ਨੂੰ ਵੀ ਅਗਨ ਭੇਟ ਨਹੀਂ ਕਰਨ ਦਿੰਦੇ ਉਹਨਾਂ ਨੂੰ ਵੀ ਇਹਨੂੰ ਨਵੇਂ ਸਰੂਪ ਵਾਂਗ ਬਣਾ ਦਿੰਦੇ ਆ ਦੁਬਾਰਾ ਜਿਹੜੇ ਅੰਗ ਆ ਸਾਰਾ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਕਰਦੇ ਆ ਤੇ ਦੇਖ ਕੇ ਇੱਦਾਂ ਲੱਗਦਾ ਕਿ ਸਰੂਪ ਜਿੱਦਾਂ ਪਹਿਲੇ ਰੂਪ ਦੇ ਵਿੱਚ ਹੀ ਆ ਜਾਂਦਾ ਆ ਪਰ ਕਿਤੇ ਵੀ ਕੱਟਣ ਦੀ ਲੋੜ ਨੀਗੀ ਸਰੂਪ ਕਿਤੇ ਵੀ ਚੇਪੀ ਲਾਉਣ ਦੀ ਲੋੜ ਨੀਗੀ ਕਿਤੇ ਵੀ ਇਹ ਚੀਜ਼ਾਂ ਕਰਨ ਦੀ ਲੋੜ ਨਹੀਂ ਅੱਜ ਸਿਸਟਮ ਇੱਦਾਂ ਦਾ ਇੱਦਾਂ ਦੀਆਂ ਚੀਜ਼ਾਂ ਬਣ ਗਈਆਂ ਕਿ ਤੁਸੀਂ ਜਿਹੜਾ ਦੁਬਾਰਾ ਸਰੂਪ ਨੂੰ ਅਗਰ ਭੇਟ ਕਰਨ ਦੀ ਵੀ ਲੋੜ ਨੀਗੀ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਕਈ ਵਾਰੀ ਪੁਰਾਣੇ ਸਰੂਪ ਜਿਹੜਾ ਸਾਡਾ ਇਤਿਹਾਸ ਆ ਉਹਨਾਂ ਨੂੰ ਖਤਮ ਕਰਨ ਲਈ ਵੀ ਇਹ ਤਰੀਕੇ ਵਰਤੇ ਜਾ ਰਹੇ ਆ। ਸਿੰਘ ਸਾਹਿਬ ਇਸ ਚ ਵੱਡੀ ਗੱਲ ਕੀ ਹੈ ਜੀ ਜਿਹੜੀਆਂ ਗ੍ਰੰਥੀ ਸਭਾਵਾਂ ਬਣੀਆਂ ਨਾ ਇਹ ਲੋਕ ਕੱਲਾ ਜ਼ਿਆਦਾ ਇਸ ਚੀਜ਼ ਤੇ ਇਹਨਾਂ ਦਾ ਪ੍ਰੈਸ਼ਰ ਬਣ ਗਿਆ ਕਿ ਅਸੀਂ ਲੋਕਾਂ ਚ ਦਿਖਾਈਏ ਅਸੀਂ ਆਹ ਕੰਮ ਕਰਦੇ ਹਾਂ ਇਹਦੇ ਪਿੱਛੇ ਇਹ ਆਉਦੀ ਹੋਮੇ ਜਦੋਂ ਬੰਦਾ ਪਾਲਣ ਲੱਗ ਜਾਂਦਾ ਉਹ ਫਿਰ ਗਲਤੀਆਂ ਕਰਨ ਲੱਗ ਜਾਂਦਾ। ਇਸ ਕਰਕੇ ਇਹ ਉਹਨਾਂ ਨੂੰ ਉਦਣ ਅਸੀਂ ਸਮਝਾਇਆ ਉਸ ਬੰਦੇ ਨੂੰ ਵੀ ਤੂੰ ਇਹ ਗੱਲ ਗਲਤ ਆ ਤੇਰਾ ਭਾਈ ਉਹਨੇ ਲਿਖਤੀ ਉੱਥੇ ਮਾਫ਼ੀ ਮੰਗੀ ਹੈ ਅਕਾਲ ਤਖ਼ਤ ਸਾਹਿਬ ਤੋਂ ਔਰ ਹੁਣ ਜਿਹੜਾ ਆਹ ਘਟਨਾ ਦਾ ਪਤਾ ਲੱਗਿਆ ਇਹ ਅਕਾਲ ਤਖ਼ਤ ਸਾਹਿਬ ਦੀ ਨੌਲੇਜ ਚ ਲਿਆਤੀ ਵੀ ਇਹਨੂੰ ਇਸ ਚੀਜ਼ ਦੇ ਦੋਵਾਂ ਪਾਰਟੀਆਂ ਦੋਵੇਂ ਗ੍ਰੰਥੀ ਸਭਾਵਾਂ ਨੂੰ ਉੱਥੇ ਬੁਲਾ ਕੇ ਆਹਮਣੇ ਸਾਹਮਣੇ ਗੱਲ ਕੀਤੀ ਜਾਊਗੀ ਜਿਹਦੀ ਗਲਤੀ ਹੋਊਗੀ ਸਿੰਘ ਸਾਹਿਬ ਜੀ ਕਹਿੰਦੇ ਉਹਨੂੰ ਸਜ਼ਾ ਦੇਵਾਂਗੇ ਅਸੀਂ ਜੀ। ਔਰ ਗੱਲ ਹੈਗੀ ਆ ਭਾਈ ਸਾਹਿਬ ਇਹ ਕਿ ਗੁਰੂ ਗ੍ਰੰਥ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਅਸੀਂ ਆਪਣੇ ਮਤਭੇਦ ਸਾਡੇ ਲਈ ਸਭ ਤੋਂ ਪਹਿਲਾਂ ਸਾਡੀ ਜਾਨ ਸਾਡਾ ਜੇ ਜਹਾਨ ਦੇ ਵਿੱਚ ਰਹਿਣਾ ਇਹੀ ਆ ਕਿ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਹਨੂੰ ਮਤਲਬ ਕੋਈ ਆਂਚ ਨਾ ਆਵੇ ਚਾਹੇ ਕੋਈ ਆਪਣਾ ਹੋਵੇ ਤੇ ਚਾਹੇ ਹੋਵੇ ਕੋਈ ਬਗਾਨਾ। ਜੀ ਜੀ ਹਾਂਜੀ ਬਿਲਕੁਲ ਇਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸਭ ਤੋਂ ਪਹਿਲਾਂ ਜੀ ਜੇ ਗੁਰੂ ਸਾਹਿਬ ਦਾ ਸਤਿਕਾਰ ਕਰਾਂਗੇ ਤਾਂ ਸਾਡਾ ਸਤਿਕਾਰ ਹੋਣਾ ਜੇ ਗੁਰੂ ਸਾਹਿਬ ਦਾ ਸਤਿਕਾਰ ਅਸੀਂ ਨਹੀਂ ਕਰਾਂਗੇ ਫਿਰ ਸਾਡਾ ਸਤਿਕਾਰ ਕਿੱਥੋਂ ਹੋਣਾ ਜੀ। ਹਾਂਜੀ ਤੇ ਚਲੋ ਆਪਾਂ ਮੁੜ ਕੇ ਉਸੇ ਮੁੱਦੇ ਤੇ ਆਉਂਦੇ ਹਾਂ ਕਿ ਜਿਹੜਾ ਹੁਣ 6 ਤਰੀਕ ਦਾ ਪ੍ਰੋਗਰਾਮ ਆ ਲਿਖਿਆ ਆ ਪੂਰੀ ਤਰ੍ਹਾਂ ਜਿੱਦਾਂ ਇਹਦੀ ਤਿਆਰੀ ਕੀਤੀ ਜਾ ਰਹੀ ਆ ਤੁਸੀਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਉਹਨਾਂ ਦਾ ਨਾਮ ਵੀ ਲਿਆ ਇੱਥੇ ਆਪਣੇ ਜਥੇਦਾਰ ਜਿਹੜੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਪ੍ਰਧਾਨ ਬਣੇ ਆ ਬਲਜੀਤ ਸਿੰਘ ਜੀ ਦਾਦੂਵਾਲ ਉਹਨਾਂ ਦਾ ਅਮਰੀਕ ਸਿੰਘ ਜੀ ਅਜਨਾਲਾ ਭਾਈ ਧਿਆਨ ਸਿੰਘ ਜੀ ਮੰਡ ਹੋਰ ਵੀ ਬਹੁਤ ਜਿਹੜੇ ਇੱਥੇ ਸਤਿਕਾਰ ਕਮੇਟੀ ਦੇ ਸਿੰਘ ਆ ਹੋਰ ਵੀ ਜਦੋਂ ਹੁਣ ਤੁਸੀਂ ਅਪੀਲ ਕਰੋਗੇ ਹੋਰ ਬਹੁਤ ਜਥੇਬੰਦੀਆਂ ਆ ਜਾਊਗੀਆਂ ਪਰ ਇਹ ਮਾਹੌਲ ਨੂੰ ਜਿੱਦਾਂ ਕਾਬੂ ਦੇ ਵਿੱਚ ਵੀ ਰੱਖਣਾ ਤੇ ਜਿੱਦਾਂ ਸ਼ਾਂਤਮਈ ਤਰੀਕੇ ਨਾਲ ਸਾਰਾ ਕੰਮ ਵੀ ਹੋ ਜਾਵੇ ਉਹਦੇ ਲਈ ਵੀ ਕੋਈ ਅਪੀਲ ਕਰਨੀ ਚਾਹੋਗੇ ਕਿਉਂਕਿ ਕਈ ਵਾਰੀ ਇੱਦਾਂ ਨਾ ਹੋਵੇ ਕਿ ਸਾਡੇ ਆਪਣਿਆਂ ਦੇ ਵਿੱਚ ਕੋਈ ਇੱਦਾਂ ਦੇ ਬੰਦੇ ਆ ਜਾਣ ਜਿਹੜਾ ਮਾਹੌਲ ਨੂੰ ਖਰਾਬ ਕਰ ਦੇਣ।
ਅਸੀਂ ਤਾਂ ਬੜੇ ਪੀਸਫੁਲ ਜਾਵਾਂਗੇ ਜੀ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਤੀ ਹੈ ਵੀ ਸਭ ਤੋਂ ਪਹਿਲਾਂ ਸਾਡੇ ਵਾਸਤੇ ਸਭ ਤੋਂ ਸਾਡੀ ਜਿਹੜੀ ਆ ਵੱਡਾ ਸਾਡਾ ਕੰਮ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਸਤਿਕਾਰ ਦਾ। ਠੀਕ ਹੈ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਦੇ ਖਿਲਾਫ਼ ਹੱਕ 'ਚ ਖੜੇ ਹੋਵੋਗੇ ਹਾਂਜੀ, ਫਿਰ ਅਸੀਂ ਕਿਤੇ ਸ਼ਾਂਤੀ ਦੀ ਜ਼ਿੰਮੇਵਾਰੀ ਨਹੀਂ ਚੱਕਾਂਗੇ ਜੀ। ਠੀਕ ਹੈ, ਇਹ ਤਾਂ ਪ੍ਰਸ਼ਾਸਨ ਨੇ ਕਰਨਾ ਹੈ ਕਿ ਉਹਨੇ ਸ਼ਾਂਤੀ ਚਾਹੁੰਦਾ ਹੈ ਕਿ ਅਸ਼ਾਂਤੀ ਚਾਹੁੰਦਾ ਹੈ ਜੀ ਆ ਕੇ। ਠੀਕ ਹੈ, ਜੇ ਤਾਂ ਕੌਮ ਦੀ ਭਾਵਨਾਵਾਂ ਦਾ ਖਿਆਲ ਰੱਖੂਗਾ ਜੀ ਪ੍ਰਸ਼ਾਸਨ ਹਾਂਜੀ, ਤੇ ਕੌਮ ਬਿਲਕੁਲ ਖਿੜੇ ਮੱਥੇ ਹਰੇਕ ਹੁਕਮ ਦਾ ਉਹਨਾਂ ਦਾ ਪ੍ਰਵਾਨ ਕਰੇਗੀ ਕਿ ਉਹ ਗੁਰੂ ਸਾਹਿਬ ਦੇ ਸਤਿਕਾਰ ਦੀ ਗੱਲ ਕਰ ਗਿਆ ਪ੍ਰਸ਼ਾਸਨ ਜੀ ਹਾਂਜੀ। ਜੇ ਪ੍ਰਸ਼ਾਸਨ ਆਪਣੀ ਸਿੱਖ ਵਿਰੋਧੀ ਸੋਚ ਰੱਖੂਗਾ ਦੋਖੇ ਨਾਲ ਖੜਾ ਹੋਊਗਾ ਹਾਂ, ਫਿਰ ਅਸੀਂ ਖੁੱਲ ਕੇ ਕਹਿ ਰਹੇ ਹਾਂ ਵੀ ਸਾਡੀ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਜੀ। ਠੀਕ ਹੈ, ਸਿੰਘ ਸਾਹਿਬ ਨੇ ਕਿਹਾ ਵੀ ਹੁਰਲ ਬਾਜਾਂ ਦੀ ਨੱਕ ਚ ਨਕੇਲ ਪਾਉਣ ਵਾਸਤੇ ਸਿੱਖ ਵਿਰੋਧੀ ਤਾਕਤਾਂ ਦੇ ਜਿਹੜੇ ਮਨਸੂਬੇ ਆ ਇਹ ਹੁਲੜਬਾਜੀ ਕਰਦੇ ਉਹਨੂੰ ਠੱਲ ਪਾਉਣ ਵਾਸਤੇ ਸਾਰੇ ਨੌਜਵਾਨ ਵੀਰ ਸਾਰੀ ਕੌਮ ਦੇ ਜਿੰਨੇ ਸਿੰਘ ਜਾਣਗੇ ਸਾਰੇ ਰਵਾਇਤੀ ਸ਼ਸਤਰ ਨਾਲ ਲੈ ਕੇ ਜਾਣਗੇ ਤਾਂ ਕਿ ਕੋਈ ਬੰਦਾ ਸ਼ਰਾਰਤ ਨਾ ਕਰ ਸਕੇ। ਅਸੀਂ ਬਿਲਕੁਲ ਪੰਜਾਂ ਪਰ ਵਹੀ ਜਾਵਾਂਗੇ ਜੇ ਪੰਜ ਪਿਆਰਿਆਂ ਦੇ ਅੱਗੇ ਪੁਲਿਸ ਰੋਕਦੀ ਹੈ ਜਾਂ ਕੁਛ ਕਰਦੀ ਹੈ ਇਹ ਤਾਕਤ ਨੀ ਕਿਸੇ ਨੂੰ ਵੀ ਸਾਡੇ ਗੁਰੂ ਸਾਹਿਬ ਬੇਦਬੀ ਹੁੰਦੀ ਹੋਵੇ ਤੇ ਪੁਲਿਸ ਨਾਕੇ ਲਾ ਕੇ ਸਾਨੂੰ ਰੋਕ ਲੈ ਵੀ ਬੇਦਬੀ ਹੁੰਦੀ ਹੋਣ ਦੋ ਤੁਹਾਨੂੰ ਨਹੀਂ ਜਾਣ ਦਿੰਦੇ ਅਸੀਂ ਕੋਈ ਬੰਦਾ ਨੀ ਪਾ ਕੇ ਬੈਠੇ ਹਾਂ ਜੀ ਆਪਣੇ ਕਿਉਂਕਿ ਜਦੋਂ ਆਪਾਂ 1978 ਦਾ ਸਾਕਾ ਯਾਦ ਕਰਦੇ ਹਾਂ ਜਾਂ ਹੋਰ ਚੀਜ਼ਾਂ ਜਿਹੜੀਆਂ ਸਾਡੇ ਪੰਥ ਦੇ ਵਿੱਚ ਜਦੋਂ ਅਸੀਂ ਸ਼ਾਂਤਮਈ ਕਿਤੇ ਗਏ ਹਾਂ ਤੇ ਸਾਡੇ ਮੂਹਰੇ ਗੋਲੀਆਂ ਲੱਗੀਆਂ ਤੇ ਸਾਡੇ ਸਿੰਘ ਸ਼ਹੀਦ ਵੀ ਹੋ ਗਏ ਤੇ ਸ਼ਾਂਤੀ ਵੀ ਰੱਖਣੀ ਬਹੁਤ ਜ਼ਰੂਰੀ ਆ ਤੇ ਪਰ ਆਪਣੀ ਸੁਰੱਖਿਆ ਰੱਖਣੀ ਵੀ ਬਹੁਤ ਜ਼ਰੂਰੀ ਆ। ਗੁਰੂ ਸਾਹਿਬ ਦੇ ਸਤਿਕਾਰ ਦੀ ਖਾਤਰ ਜਿੰਨੀਆਂ ਵੀ ਸ਼ਰਤਾਂ ਹੋਣਗੀਆਂ ਸਾਨੂੰ ਮਨਜ਼ੂਰ ਹੈ ਜੀ ਉਹ। ਠੀਕ, ਅਸੀਂ ਗੁਰੂ ਸਾਹਿਬ ਦਾ ਸਤਿਕਾਰ ਬਾਲ ਕਰਾਂਗੇ ਆ ਕੇ। ਅੱਜ ਜਾਨਾਂ ਦਾ ਲੋਕੀ ਕਰੋਨਾ ਨਾਲ ਮਰੀ ਜਾਂਦੇ ਜੀ। ਹਾਂ ਹਾਂ ਠੀਕ ਹੈ, ਵੀ ਲੋਕੀ ਕਰੋਨਾ ਨਾਲ ਮਰੀ ਜਾਂਦੇ ਘਰ ਬੈਠੇ ਮਰੀ ਜਾਂਦੇ ਆ। ਜੇ ਗੁਰੂ ਸਾਹਿਬ ਦੇ ਸਤਿਕਾਰ ਦੀ ਖਾਤਰ 2-4-5 ਸ਼ਹੀਦੀਆਂ ਹੋਣਗੀਆਂ ਤੇ ਸਾਨੂੰ ਉਹ ਮਨਜ਼ੂਰ ਹੈ, ਅਸੀਂ ਤਿਆਰ ਹਾਂ ਸ਼ਰਤ ਵਾਸਤੇ ਜੀ। ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਖਾਤਰ ਇਹ ਸਾਡੀ ਸ਼ਹੀਦੀ ਹੁੰਦੀ ਆ, ਸੌਦਾ ਮਹਿੰਗਾ ਨੀ ਸਿੰਘ ਸਾਹਿਬ ਜੀ। ਠੀਕ, ਕਿੰਨਿਆਂ ਕਿਤੇ ਗੋਲੀਆਂ ਮਾਰ ਲੈਣਗੇ, ਪਹਿਲ ਅਸੀਂ ਕਰਨੀ ਨੀ, ਦੂਜੀ ਵਾਰੀ ਅਸੀਂ ਬਖਸ਼ਣਾ ਨੀ ਜੀ। ਠੀਕ ਆ, ਜਿੱਦਾਂ ਹੁਣ ਪੰਥ ਤੇ ਕੋਈ ਆ ਜਾਊਗੀ ਅਸੀਂ ਹੱਥ ਬੰਨ ਬੇਨਤੀ ਹੁਣ ਵੀ ਕਰਦੇ ਆ, ਸ਼ਾਂਤੀ ਚਾਹੁੰਦੇ ਆ। ਹਾਂਜੀ, ਪਰ ਇਹ ਨੀ ਜੀ ਕੋਈ ਸਾਡੇ ਆ ਕੇ ਗੁਰੂ ਗ੍ਰੰਥ ਨੂੰ ਤੇ ਪੰਥ ਨੂੰ ਇਹੋ ਜਿਹੇ ਮੜੀ ਪੂਜਕ ਸਾਡੇ ਤੇ ਇਹੋ ਜਿਹਾ ਕੁਛ ਕਰਨਗੇ। ਅਸੀਂ ਤਿਆਰ ਬਤਿਆਰ ਹੈ ਜੀ, ਪ੍ਰਸ਼ਾਸਨ ਕਿਸੇ ਹੱਦ ਤਾਈਂ ਕਿਤੇ ਹੱਦ ਤਾਈਂ ਜਾਂਦਾ ਉਹਦਾ ਜੀ ਢੁਕਵਾਂ ਜਵਾਬ ਦਿੱਤਾ ਜਾਊਗਾ ਜੀ। ਕਿਉਂਕਿ ਬਹੁਤ ਜ਼ਰੂਰੀ ਆ ਕਿ ਜੇ ਮਤਲਬ ਜੇ ਹਿਸਾਬ ਨਾਲ ਮਤਲਬ 15 ਤੋਂ ਲੈ ਕੇ ਇਹ ਜਿਹੜਾ ਸਿਲਸਿਲਾ ਜਿਹੜਾ ਚੱਲਿਆ ਆ ਪਹਿਲਾਂ ਪੰਜਾਬ ਦੇ ਵਿੱਚ ਤੇ ਹੁਣ ਗੁਆਂਢੀ ਸਟੇਟਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਇਹਦਾ ਕਾਰਨ ਹੀ ਇਹ ਆ ਕਿ ਇੱਕ ਤਾਂ ਪੰਜਾਬ ਦੇ ਲੋਕ ਆਪਣੀ ਹੋਂਦ ਲਈ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਜਾਂ ਹੋਰ ਚੀਜ਼ਾਂ ਆ ਤੇ ਉਹਨਾਂ ਚੀਜ਼ਾਂ ਨੂੰ ਮਤਲਬ ਗਲਤ ਪਾਸੇ ਨੂੰ ਰੰਗਤ ਦੇਣ ਵਾਸਤੇ ਵੀ ਹੋ ਸਕਦਾ ਇਹ ਲੋਕ ਜਿੱਦਾਂ ਕਦੇ ਗੁਟਕਾ ਸਾਹਿਬ ਦੀ ਬੇਅਦਬੀ ਮਤਲਬ ਫਤਿਹਗੜ੍ਹ ਸਾਹਿਬ ਹੋ ਗਈ ਕਦੇ ਹੋਰ ਹੋ ਗਈ ਜਿੱਦਾਂ ਇਹ ਤੇਜ਼ੀ ਨਾਲ ਇਹ ਚੀਜ਼ਾਂ ਨੂੰ ਕੀਤਾ ਜਾ ਰਿਹਾ ਕਿ ਜਿਹੜੇ ਸਿੱਖਾਂ ਦਾ ਧਿਆਨ ਆ ਹੋਰ ਪਾਸੇ ਨੂੰ ਜਾਂ ਪੰਜਾਬ ਦੇ ਲੋਕਾਂ ਦਾ ਧਿਆਨ ਆ ਹੋਰ ਪਾਸੇ ਨੂੰ ਪਾਇਆ ਜਾਵੇ। ਬਿਲਕੁਲ ਜੀ, ਕਿਸਾਨ ਅੰਦੋਲਨ ਸਾਡੇ ਵੀ ਇੱਥੇ ਹੈਗਾ, ਇੱਥੇ ਵੀ ਜਿਹੜਾ ਇਹ ਕੰਟੀਨਿਊ ਚੱਲ ਰਿਹਾ ਹੈਗਾ ਤੇ ਵਾਸਤੇ ਸਰਕਾਰ ਇਹ ਗੱਲ ਕਰ ਸਕਦੀ ਹੈ, ਲੇਕਿਨ ਸਾਡਾ ਪਹਿਲਾਂ ਅਸੀਂ ਹਮਲਾਵਰ ਹੋ ਕੇ ਨਹੀਂ ਜਾਵਾਂਗੇ, ਲੇਕਿਨ ਜੇ ਕੋਈ ਹਮਲਾ ਕਰੂਗਾ ਤਾਂ ਉਹਦਾ ਡਿਫੈਂਸ ਜ਼ਰੂਰ ਕਰਾਂਗੇ। ਸਾਡਾ ਕੋਈ ਨਿਸ਼ਚੈ ਨਹੀਂ ਗਾ ਕਿ ਅਸੀਂ ਜਾ ਕੇ ਕਿਸੇ ਨਾਲ ਲੜਨਾ ਹੈ, ਅਸੀਂ ਤਾਂ ਸਰਕਾਰ ਨੂੰ ਪਹਿਲਾਂ ਵੀ ਅਪੀਲ ਕਰ ਚੁੱਕੇ ਹਾਂ ਔਰ ਪਰਸਨਲੀ ਜਾ ਕੇ ਹਰ ਜਿਹੜੇ ਸਾਡੇ ਇੱਥੇ ਦੇ ਪ੍ਰਸ਼ਾਸਨ ਆ ਉਹਨਾਂ ਨੂੰ ਜਾ ਕੇ ਫਿਰ ਦੁਬਾਰਾ ਕਵਾਂਗੇ ਔਰ ਇੱਥੋਂ ਦੇ ਜਿਹੜੇ ਨੁਮਾਇੰਦੇ ਹੈ MLA ਹੈ ਜਾਂ MP ਹੈ ਉਹਨਾਂ ਦੀ ਧਿਆਨ ਚ ਵੀ ਇਹ ਗੱਲ ਅਸੀਂ ਸਾਰਿਆਂ ਦੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਈਆਂ ਨੂੰ ਲਿਆਤੀ ਹੈ ਕਈਆਂ ਦੀ ਲਿਆ ਰਹੇ ਹਾਂ ਜੀ। ਅਸੀਂ ਟੋਟਲ ਮਤਲਬ ਕੋਈ ਪ੍ਰਸ਼ਾਸਨ ਔਰ ਸਰਕਾਰ ਦੋਵਾਂ ਦੀ ਨੌਲੇਜ ਚ ਹਰ ਗੱਲ ਲਿਆਵਾਂਗੇ ਕਿ ਇਸ ਤੋਂ ਟਕਰਾਵ ਤੋਂ ਬਚਿਆ ਜਾ ਸਕੇ ਜਿੰਨਾ ਵੀ ਹੋ ਸਕੇ, ਲੇਕਿਨ ਜੇ ਕੋਈ ਨਹੀਂ ਸਮਝੂਗਾ ਤਾਂ ਫਿਰ ਉਹਦਾ ਤਾਂ ਇਲਾਜ ਵਿਗੜੇ ਦਾ ਇਲਾਜ ਤਾਂ ਛਿੱਤਰ ਹੈ ਜੀ। ਹਾਂ ਨਹੀਂ, ਉਹ ਤੇ ਫਿਰ ਜਿੱਦਾਂ ਮਤਲਬ ਜੋ ਕਲਗੀਧਰ ਪਾਤਸ਼ਾਹ ਦਾ ਜਾਂ ਅੰਬੀਰੀ ਪੀਰੀ ਦਾ ਸਾਨੂੰ ਆਦੇਸ਼ ਆ ਉਹ ਤਾਂ ਫਿਰ ਸਿੱਖ ਨੇ ਉਹਨੂੰ ਤਾਂ ਆਪਣੀਆਂ ਜਿਹੜੀਆਂ ਪਰੰਪਰਾਵਾਂ ਆ ਆਪਣਾ ਇਤਿਹਾਸ ਆ ਉਹਨੂੰ ਤਾਂ ਹਮੇਸ਼ਾ ਕਾਇਮ ਰੱਖਿਆ ਤੇ ਹਮੇਸ਼ਾ ਕਾਇਮ ਰੱਖੇਗਾ। ਫਿਰ ਵੀ ਕਿਉਂਕਿ ਜਦੋਂ ਕਹਿੰਦੇ ਹੁੰਦੇ ਆ ਬਈ ਪਹਿਲ ਕਰਨੀ ਨੀ ਗਈ ਤੇ ਜੇ ਕੋਈ ਵਾਰ ਕਰਦਾ ਤੇ ਉਦੋਂ ਉਹਨੂੰ ਫਿਰ ਜਵਾਬ ਦੇਣਾ। ਹਾਂਜੀ, ਤੇ ਤੇਜਿੰਦਰ ਸਿੰਘ ਜੀ ਜਿੱਦਾਂ ਜੇ ਹੋਰ ਵੀ ਕਿਸੇ ਸਿੰਘ ਨੇ ਜਿਹੜੇ ਤੁਹਾਡੇ ਨਾਲ ਬੈਠੇ ਆ ਪਿੱਛੇ ਜੇ ਉਹਨਾਂ ਨੇ ਵੀ ਗੱਲ ਕਰਨੀ ਆ ਤੇ ਉਹ ਨਾਲ ਪਿੱਛੇ ਆ ਕੇ ਕਰ ਸਕਦੇ ਆ, ਤੇ ਜੇ ਮੈਂ ਕੋਈ ਗੱਲ ਨਹੀਂ ਪੁੱਛੀ ਤੁਸੀਂ ਇਸ ਸੰਬੰਧ ਦੇ ਵਿੱਚ ਕੋਈ ਸਵਾਲ ਜਿਹੜਾ ਤੁਹਾਡੇ ਮਨ ਦੇ ਵਿੱਚ ਆ ਸੰਗਤਾਂ ਨੂੰ ਸੁਚੇਤ ਕਰਨ ਵਾਸਤੇ ਜਾਂ ਤੁਹਾਡਾ ਵਿਚਾਰ ਆ ਤੇ ਉਹ ਤੁਸੀਂ ਦੱਸ ਸਕਦੇ ਆ। ਬਸ ਇੱਕ ਤਾਂ ਸਾਡੇ ਨਾਲ ਜੀ ਇਹ ਰਾਜਸਥਾਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਾਂਜੀ ਲਵਪ੍ਰੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਰ ਗੱਜ ਵੱਜ ਕੇ ਸੰਗਤਾਂ ਨੂੰ ਬੇਨਤੀ ਹੈ ਜੀ ਪਹੁੰਚੋ, ਹੱਲਾ ਮਾਰਾਂਗੇ ਜਰੂਰ। ਗੁਰੂ ਸਾਹਿਬ ਦੀ ਬੇਅਦਬੀ ਦਾ ਸਵਾਲ ਹੈ, ਠੀਕ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਪਹੁੰਚਣ ਉੱਥੇ, ਸ਼ਾਂਤੀ ਨਾਲ ਕੰਮ ਆਪਾਂ ਸ਼ੁਰੂ ਕਰਨਾ ਜਿਹੜੀ ਮਾਰਚ ਇਥੋਂ ਜੋ ਸਤਿਗੁਰ ਨੂੰ ਮਨਜ਼ੂਰ। ਠੀਕ ਆ, ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਤੇ ਲਵਪ੍ਰੀਤ ਸਿੰਘ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਰਾਜਸਥਾਨ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਵੀ ਗੱਲ ਕੀਤੀ ਆ। ਬਾਕੀ ਜਿਹੜੇ ਸਿੰਘ ਸਾਡੇ ਨਾਲ ਸਕਰੀਨ ਤੇ ਆਪਾਂ ਨੂੰ ਦਿਸੇ ਰਹੇ ਆ, ਭਾਈ ਤੇਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਜਿਹੜੇ ਸੇਵਾਦਾਰ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਆ। ਤੇ ਤੇਜਿੰਦਰ ਸਿੰਘ ਜੀ ਆਖਰ ਦੇ ਵਿੱਚ ਥੋੜਾ ਜਿਹਾ ਪਿੱਛੇ ਕਰ ਲਓ, ਤੁਹਾਡਾ ਚਿਹਰੇ ਨਹੀਂ ਆ ਰਿਹਾ। ਹਾਂਜੀ ਹਾਂਜੀ ਤੇ ਦਰਸ਼ਕੋ ਜਿੱਦਾਂ ਥੋੜਾ ਜਿਹਾ ਸਕਰੀਨ ਹਿੱਲ ਗਈ ਸੀਗੀ ਤੇ ਆਪਾਂ ਉਹ ਗੱਲਬਾਤ ਕੋਈ ਨੀ ਕਰਦੇ ਆ, ਜਾਰੀ ਆ। ਤੇ ਮਤਲਬ ਕਿਉਂਕਿ ਸਿੱਖਾਂ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਹਮੇਸ਼ਾ ਹੀ ਇਹੋ ਜਿਹੇ ਮਸਲੇ ਆਉਂਦੇ ਰਹੇ ਆ, ਉਹਨਾਂ ਨੂੰ ਤਰੀਕੇ ਦੇ ਨਾਲ ਨਜਿੱਠਣਾ, ਉਹਨੂੰ ਤਰੀਕੇ ਦੇ ਨਾਲ ਉਹਦੇ ਤੇ ਚੱਲਣਾ ਇਹ ਜ਼ਰੂਰੀ ਆ। ਫਿਰ ਵੀ ਮੈਂ ਆਵਾਜ਼ੇ ਕੋ ਵੱਲੋਂ ਬੇਨਤੀ ਕਰੂੰਗਾ ਤੁਹਾਨੂੰ ਕਿ ਤੁਸੀਂ ਕੋਈ ਗੱਲ ਜਿਹੜੀ ਰਹਿ ਗਈ ਹੋਵੇ, ਮੈਂ ਨਾ ਪੁੱਛੀ ਹੋਵੇ ਤੇ ਤੁਸੀਂ ਦੱਸਣਾ ਚਾਹੁੰਦੇ ਆ ਸੰਗਤਾਂ ਨੂੰ ਜ਼ਰੂਰ ਦੱਸ ਦਿਓ। ਅਸੀਂ ਤਾਂ ਅਪੀਲ ਕਰਦੇ ਹਾਂ ਜੀ ਸਮੁੱਚੀ ਕੌਮ ਨੂੰ, ਜਿੱਥੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਆਉਂਦੀ ਹੈ, ਸਾਰੀ ਕੌਮ ਨੂੰ, ਸਾਰੇ ਜਥੇਬੰਦੀਆਂ ਨੂੰ, ਜਿਸ ਤਰ੍ਹਾਂ ਗੰਗਾਨਗਰ ਇੱਕ ਉਦਾਹਰਨ ਪੇਸ਼ ਹੋ ਰਿਹਾ ਜੀ। ਹਾਂ ਠੀਕ ਆ, ਸਮਾਪਤ ਬੁਲਾ ਕੇ ਗੁਰੂ ਸਾਹਿਬ ਸਤਿਕਾਰ ਵਾਸਤੇ ਸਾਰੇ ਇਕੱਤਰ ਹੋਈਏ, ਇਹ ਤਾਂ ਹੀ ਸਾਡੀ ਕੌਮ ਦਾ ਭਵਿੱਖ ਉਜਲਾ ਜੀ। ਤੇ ਮੈਂ ਇਸ ਕਰਕੇ ਸਮੁੱਚੇ ਜਥੇਬੰਦੀਆਂ ਦਾ, ਸਮੁੱਚੇ ਆਗੂਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਪਹਿਲ ਕੀਤੀ ਗੁਰੂ ਸਾਹਿਬ ਸਤਿਕਾਰ ਵਾਸਤੇ, ਸਾਰੇ ਪਲੇਟਫਾਰਮ ਤੇ ਇਕੱਠੇ ਹੋਏ ਜੀ। ਤੇ ਮੈਂ ਸਮਝਦਾ ਕਿ ਸਾਡੀ ਇਹ ਵੀ ਵੱਡੀ ਵੱਡੀ ਜਿੱਤ ਹੈਗੀ ਹੈ ਕਿ ਜਿੱਥੇ ਸਰਕਾਰਾਂ ਤੇ ਏਜੰਸੀਆਂ ਪੜਨ ਫਿਰਦੀਆਂ, ਸਾਡੇ ਭੈਣ ਭਰਾ ਚਾਚੇ ਤਾਏ ਮਾਮੇ ਫੁੱਫੜੀ ਬੈਠੇ ਇੱਥੇ, ਠੀਕ, ਉਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਆ, ਭੈਣ ਭਰਾ ਜੋ ਵੀ ਆ ਜੀ, ਉਹ ਸਾਰੇ ਇਸ ਗੱਲ ਦੇ ਵਿੱਚ ਸਹਿਯੋਗ ਦੇਣ। ਸਾਡੇ ਗੁਰੂ ਗ੍ਰੰਥ ਦੀ, ਗੁਰੂ ਪੰਥ ਦੀ ਗੱਲ ਹੈ ਜੀ, ਉਹ ਜਿੰਨੇ ਸਰੋਤੇ ਸੁਣਦੇ ਆ ਸਾਰਿਆਂ ਨੂੰ ਫਤਿਹ ਬੁਲਾਉਣੇ ਆ ਜੀ, ਤੇ ਸਾਰੇ ਇਸ ਦੇ ਵਿੱਚ ਸਹਿਯੋਗ ਕਰਨ। ਇਸ ਕਰਕੇ ਵੀ ਜਿੰਨੀ ਇੱਧਰ ਦੀ ਸੰਗਤ ਆ ਉਹਨੂੰ ਕਹਿਣ ਵੱਧ ਤੋਂ ਵੱਧ, ਜਿੰਨਾ ਜਦੋਂ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਕਿਸੇ ਸਿੱਖ ਦੀ ਪੱਗ ਲੱਥੀ ਆ, ਦਾੜੀ ਨੂੰ ਹੱਥ ਪਾਇਆ, ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰਾ ਜੀ ਹਮੇਸ਼ਾ ਮੂਹਰੇ ਆਇਆ, ਇਸੇ ਕਰਕੇ ਹੀ ਸਾਨੂੰ ਟਾਰਗੇਟ ਕੀਤਾ ਜਾਂਦਾ ਹੈ। ਮੈਂ ਫਿਰ ਵੀ ਨਿਮਰ ਪਾਸਾ ਬੇਨਤੀ ਕਰਦਾ ਕਿ ਵੱਧ ਬੋਲਿਆ ਗਿਆ ਹੋਵੇ ਤਾਂ ਮਾਫ਼ੀ ਦੇਣੀ, ਪਰ ਸੰਗਤ ਨੂੰ ਬੇਨਤੀ ਹੈ ਵੀ ਜਿੰਨਾਂ ਦੇ ਕੋਈ ਰਿਸ਼ਤੇਦਾਰ, ਭੈਣ ਭਰਾ, ਚਾਚੇ ਤਾਏ, ਮਾਮੇ ਫੁੱਫੜਾ ਹੈ, ਹਾਂਜੀ, ਗੁਰੂ ਨੂੰ ਮੰਨਣ ਵਾਲੇ ਹੈ, ਉਹ ਜ਼ਰੂਰ ਇਸ ਗੱਲ ਤੇ ਪਹਿਰਾ ਦੇਣ। ਹਾਂਜੀ ਭਾਈ ਸਾਹਿਬ, ਬੇਨਤੀ ਕਰਨੀ ਚਾਹਣਾ ਜੀ ਕਿ ਜਿੰਨੇ ਵੀ ਕੋਈ ਭੁੱਲੜ ਵੀਰ ਸਾਡੇ ਜਿਹੜੇ ਹੈ, ਹਾਂ, ਉਹ ਹਜੇ ਵੀ ਕੁਛ ਉਹਦੇ ਨਾਲ ਪਖੰਡੀ ਨਾਲ ਤੁਰੇ ਫਿਰਦੇ ਆ, ਠੀਕ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਹਜੇ ਵੀ ਵਕਤ ਹੈ ਕਿ ਅਸੀਂ ਪੰਥ ਦੇ ਨਾਲ ਖੜੀਏ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਫੈਸਲੇ ਦਾ ਸਤਿਕਾਰ ਕਰੀਏ ਔਰ ਅਸੀਂ ਇਹ ਜਿਹੜਾ ਹੈਗਾ ਮਸਲਾ ਇਹਨੂੰ ਹੱਲ ਕਰੀਏ। ਔਰ ਦੂਜਾ ਮੈਂ ਤੁਹਾਡੇ ਚੈਨਲ ਰਾਹੀਂ ਉਸ ਬੰਦੇ ਨੂੰ ਵੀ ਦੁਬਾਰੇ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਤੇਰੇ ਕੋਲੇ ਹਜੇ ਵੀ ਇੱਕ ਮੌਕਾ ਹੈ ਕਿ ਤੂੰ ਆਪਣੀ ਸਮੱਤ ਦਾ ਇਸਤੇਮਾਲ ਕਰਦਾ ਹੋਇਆ ਆਪ ਦੀ ਆਪ 6 ਤਰੀਕ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਤਖ਼ਤ ਸਾਹਿਬ ਤੇ ਪਹੁੰਚਾ ਦੇ ਔਰ ਤੂੰ ਬਿਹਤਰ ਰਹੇਗਾ, ਨਹੀਂ ਤਾਂ ਤੇਰਾ ਨੁਕਸਾਨ ਹੋਊਗਾ। ਸੋ ਮੈਂ ਫੇਰ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜੇ ਭੁੱਲੜ ਵੀਰ ਸਾਡੇ ਉੱਤੇ ਬੜੀਆਂ ਨਿਸ਼ਾਨਾਂ ਤੇ ਤੁਰੇ ਫਿਰਦੇ ਆ, ਆਓ ਅਸੀਂ ਗੁਰੂ ਪੰਥ ਦੀ ਗੱਲ ਕਰੀਏ, ਗੁਰੂ ਗ੍ਰੰਥ ਦੀ ਗੱਲ ਕਰੀਏ ਔਰ ਸਾਰੇ ਰਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ 6 ਤਰੀਕ ਨੂੰ ਇਕੱਠੇ ਹੋ ਕੇ ਉਸ ਤੋਂ ਸਤਿਗੁਰਾਂ ਦਾ ਸਰੂਪ ਲੈ ਕੇ ਉਹਨਾਂ ਦੀ ਮਰਿਆਦਾ ਨੂੰ ਜਿਹੜੀ ਬਹਾਲ ਕਰੀਏ ਜੀ। ਹਾਂਜੀ ਭਾਈ ਤੇਜਿੰਦਰ ਸਿੰਘ ਜੀ ਆਖਰ ਦੇ ਵਿੱਚ। ਮੇਰੇ ਤਾਂ ਸਿਮਰ ਬੇਨਤੀ ਹੈ ਜੀ, ਜਿਸ ਤਰ੍ਹਾਂ ਸਿੰਘ ਸਾਹਿਬ ਨੇ ਬੜਾ ਸਪਸ਼ਟ ਕਿਹਾ ਹੈ, ਹਾਂਜੀ, ਕਿ ਜਿਹੜੇ ਗੁਰੂ ਗ੍ਰੰਥ ਦੇ ਤੇ ਗੁਰੂ ਪੰਥ ਦੇ ਦੁਖੀ ਹੈ, ਹਾਂ, ਉਹ ਲੋਕ ਉਧਰ ਖੜੇ ਹੋਣਗੇ, ਠੀਕ, ਜਿਹੜੇ ਇਹ ਆਦੇਸ਼ ਅਕਾਲ ਤਖ਼ਤ ਸਾਹਿਬ ਦਾ ਦੇਸ਼ ਹੈ ਜੀ, ਜਿਹੜੇ ਪੰਥ ਇੱਕ ਆਉਣ ਵਾਲੀਆਂ ਪੁਸ਼ਤਾਂ, ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਉਹਨਾਂ ਲੋਕਾਂ ਨਾਲ ਟਿਕਰਨਗੀਆਂ, ਜਿਹੜੇ ਲੋਕ ਆਪਣੇ ਨਿੱਜੀ ਸਵਾਰਥਾਂ ਵਾਸਤੇ, ਇਹ ਚਾਰ ਛਿੱਲੜ ਵਾਸਤੇ ਜਾਂ ਆਪਣੀ ਹੋਮਨ ਪੱਠੇ ਪਾਉਣ ਵਾਸਤੇ ਅੱਜ ਦੁਖੇ ਖੜੇ ਹੁੰਦੇ ਆ, ਆਉਣ ਵਾਲੀ ਨਸਲਾਂ, ਆਉਣ ਵਾਲੀ ਪੁਸ਼ਤਾਂ ਵਾਸਤੇ ਉਹ ਹਮੇਸ਼ਾ ਟਿਕਾਰੇ ਜਾਣਗੇ। ਤੇ ਜਿੱਥੇ ਕੌਮੀ ਮਰਜ਼ੀ ਵੜੇ ਇੱਕ ਪੰਥ ਦੇ ਕਿਤਾ ਖੜੇ ਹੋਣਗੇ, ਉਹ ਦੂਜੇ ਲੋਕ ਹੈ ਉਹ ਗਦਾਰਾ ਕਿਤਾ ਖੜੇ ਹੋਣਗੇ ਜੀ। ਤੇ ਸਭ ਨੂੰ ਬੇਨਤੀ ਹੈ, ਆਓ ਅਕਾਲ ਤਖ਼ਤ ਸਾਹਿਬ ਦੇ ਪਹਿਰਾ ਦੇਈਏ ਤੇ
ਜਿਹੜੇ ਦੁਖੀ ਆ ਉਹਨਾਂ ਨੂੰ ਪਛਾੜ ਕੇ ਗੁਰੂ ਸਾਹਿਬ ਦਾ ਸਤਿਕਾਰ ਵਾਲ ਕਰੀਏ ਜੀ। ਬਹੁਤ ਬਹੁਤ ਮਿਹਰਬਾਨੀ ਜੀ ਭਾਈ ਤੇਜਿੰਦਰ ਸਿੰਘ ਜੀ ਤੁਹਾਡੀ ਅਤੇ ਨਾਲ ਜਿਹੜੇ ਸਾਡੇ ਸਿੰਘ ਸਾਥੀ ਨੇ ਉਹਨਾਂ ਸਾਰਿਆਂ ਦਾ ਮੈਂ ਅਦਾਰਾ ਵਾਜੇ ਕੋ ਮਤਲਬ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਰਾਜਸਥਾਨ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਉਹਦੇ ਸੰਬੰਧ ਦੇ ਵਿੱਚ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਕੀਤੇ ਗਏ ਹਨ ਉਹ ਸਾਡੇ ਸਾਰਿਆਂ ਲਈ ਹਨ, ਨਾ ਕਿ ਤਿੰਨਾਂ ਸਿੰਘਾਂ ਲਈ ਜਾਂ ਜਿਹੜੇ ਚਾਰ ਸਿੰਘ ਇਹਨਾਂ ਲਈ ਨਹੀਂ, ਸਾਡੇ ਸਾਰਿਆਂ ਲਈ ਆ। ਸੋ ਅਦਾਰਾ ਵਾਜੇ ਕੋਮ ਵੀ ਆਪਣਾ ਫਰਜ਼ ਪਛਾਣਦਾ ਹੋਇਆ ਜਿਹੜਾ ਪ੍ਰੋਗਰਾਮ ਤੁਹਾਡੇ ਸਾਹਮਣੇ ਰੱਖਿਆ ਹੈ, ਜਿਵੇਂ ਉਹਨਾਂ ਨੇ ਅਪੀਲ ਕੀਤੀ ਆ ਕਿ ਜਿੱਥੋਂ ਜਿੱਥੋਂ ਵੀ ਜਿਹੜਾ ਵੀ ਸਿੰਘ ਸੁਣਦਾ ਆ ਉਹ 6 ਨਵੰਬਰ ਮਤਲਬ ਉੱਥੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਜਿਹੜਾ ਰਾਜਸਥਾਨ ਦੇ ਵਿੱਚ ਉੱਥੇ ਪਹੁੰਚੇ, ਤੇ ਜੋ ਵੀ ਇਹਨਾਂ ਦਾ ਅਗਲਾ ਪ੍ਰੋਗਰਾਮ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਹੋਰ ਵੀ ਕਰਾਂਗੇ ਤੇ ਤੁਹਾਡੇ ਜਿਹੜਾ ਸਾਰੀ ਜਿਹੜੇ ਡਿਟੇਲ ਦੇ ਵਿੱਚ ਦੱਸਾਂਗੇ। ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਖਿਮਾ ਦੇ ਜਾ ਚੁੱਕਾਂ, ਕੋਈ ਗਲਤੀ ਹੋ ਗਈ ਮਾਫ਼ ਕਰਨੀ, ਮਿਲਦੇ ਆ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ੇ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।